ਖਬਰ ਤੇ ਨਜ਼ਰ ਹਾ ਹਾ ਸਤਿ ਸ਼ਕਾਲ ਦਰਸ਼ਕੋ ਪ੍ਰੋਗਰਾਮ ਖਬਰ ਤੇ ਨਜ਼ਰ ਚ ਤੁਹਾਡਾ ਸਵਾਗਤ ਹੈ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਹਰ ਰੋਜ਼ ਵੱਖ-ਵੱਖ ਅਖਬਾਰਾਂ ਦੀਆਂ ਸੁਰਖੀਆਂ ਦੇ ਉੱਪਰ ਨਜ਼ਰਸ਼ਾਨੀ ਕਰਦੇ ਹਾਂ ਟਿੱਪਣੀਆਂ ਕਰਦੇ ਹਾਂ ਵਿਸ਼ਲੇਸ਼ਣ ਕਰਦੇ ਹਾਂ ਸੋ ਇਸ ਪ੍ਰੋਗਰਾਮ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਗੱਲ ਕਰਾਂਗੇ ਆਪਾਂ ਅਕਾਲੀ ਭਾਜਪਾ ਗੱਠ ਜੋੜ ਦੀ ਕਿਉਂਕਿ ਕੱਲ ਹੀ ਜਿਹੜੇ ਗ੍ਰਹਿ ਮੰਤਰੀ ਨੇ ਭਾਰਤ ਦੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਨੇ ਅਮਿਤ ਸ਼ਾਹ ਉਹਨਾਂ ਨੇ ਇੱਕ ਵੱਡਾ ਬਿਆਨ ਦਿੱਤਾ ਸੀ ਉਸਤੇ ਵੀ ਗੱਲਬਾਤ ਕਰਾਂਗੇ ਸੋ ਇਸ ਤੋਂ ਇਲਾਵਾ ਅੱਜ ਦੇ ਇਸ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਜ਼ਹਿਰੀਲੀ ਸ਼ਰਾਬ ਕਾਰਨ ਹੋ ਰਹੀਆਂ ਮੌਤਾਂ ਉਸਤੇ ਵੀ ਗੱਲ ਕਰਾਂਗੇ ਕਿਉਂਕਿ ਕੱਲ ਪੰਜਾਬ ਚਾਰ ਮੌਤਾਂ ਹੋਈਆਂ ਨੇ ਇਸ ਤੋਂ ਪਹਿਲਾਂ ਵੀ ਪੰਜਾਬ ਤੇ ਹੋਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਸੈਂਕੜੇ ਮੌਤਾਂ ਹੋ ਚੁੱਕੀਆਂ ਨੇ ਸੋ ਇਸ ਤੋਂ ਇਲਾਵਾ ਆਪਾਂ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਜੋ ਗੱਲਬਾਤ ਹੋ ਰਹੀ ਹੈ ਕਿ ਸੈਂਟਰ ਵੱਲੋਂ ਤੇ ਭਾਰ ਸਰਕਾਰ ਵੱਲੋਂ ਉਹਨੇ ਇੱਕ ਪੱਤਰ ਆਇਆ ਤੇ ਉੱਤੇ ਵੀ ਬੜੇ 4-5 ਦਿਨ ਤੋਂ ਜਿਹੜੀ ਹੈਗੀ ਚਰਚਾ ਚੱਲ ਰਹੀ ਹੈ ਉਸ ਤੇ ਵੀ ਵਿਸ਼ਲੇਸ਼ਣ ਕਰਾਂਗੇ ਸੋ ਅੱਜ ਇਹਨਾਂ ਖਬਰਾਂ ਦੇ ਉੱਪਰ ਵਿਸ਼ਲੇਸ਼ਣ ਕਰਨ ਲਈ ਚਰਚਾ ਕਰਨ ਦੇ ਲਈ ਨજર ਸ਼ਾਨੀ ਦੇ ਕਰ ਲਈ ਮੇਰੇ ਨਾਲ ਮੌਜੂਦ ਨੇ ਚੜ੍ਹਦੀ ਕਲਾ ਅਖਬਾਰ ਦੇ ਸੰਪਾਦਕ ਦਰਸ਼ਨ ਸਿੰਘ ਦਰਸ਼ਕ ਦਰਸ਼ਕ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਸਤਿ ਸ੍ਰੀ ਅਕਾਲ ਅੰਮ ਤਾਂ ਅੱਜ ਜੇ ਆਪਾਂ ਸਭ ਤੋਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਖਬਰ ਲੈਣੇ ਆ ਕਿ ਜਿਹੜੀਆਂ ਲੋਕ ਸਭਾ ਚੋਣਾਂ ਦਾ ਮਾਹੌਲ ਇਸ ਸਮੇਂ ਪੂਰਾ ਭੱਕ ਚੁੱਕਿਆ ਤੇ ਪੰਜਾਬ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤਾਂ ਅਕਾਲੀ ਭਾਜਪਾ ਗੱਠਜੋੜ ਦੇ ਲੈ ਕੇ ਚਰਚਾ ਕਾਫੀ ਦੇਰ ਤੋਂ ਚੱਲ ਰਹੀ ਸੀ ਪਰ ਜਦੋਂ ਤੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਤਾਂ ਉਹ ਕਿਤੇ ਨਾ ਕਿਤੇ ਉਹਨੂੰ ਬ੍ਰੇਕ ਲੱਗੀ ਤੇ ਮੁਰ ਤੋਂ ਕੱਲ ਦੁਬਾਰਾ ਜਿਹੜੀ ਉਹਦੀ ਚਰਚਾ ਫਿਰ ਸ਼ੁਰੂ ਹੋ ਗਈ ਹੈ ਅਮਿਤ ਸ਼ਾਹ ਨੇ ਕੱਲ ਇੱਕ ਬਿਆਨ ਦਿੱਤਾ ਹੈ ਕਿ ਇਸੇ ਹਫ਼ਤੇ ਦੀ ਜਿਹੜੀ ਹੈਗੀ ਹੈ ਕਿਸੇ ਨਾ ਕਿਸੇ ਬੇੜੀ ਤਣ ਪੱਤਣ ਲੱਗ ਜੇਗੀ ਕੀ ਲੱਗਦਾ ਹੈ ਕਿ ਦੁਬਾਰਾ ਗੱਠਜੋੜ ਹੋਏਗਾ ਦੇਖੋ ਗੱਲ ਇਹ ਹੈ ਕਿ ਇਸ ਸਮੇਂ ਭਾਰਤੀ ਜਨਤਾ ਪਾਰਟੀ ਭਾਵੇਂ ਪੂਰੇ ਹਿੰਦੁਸਤਾਨ ਦੇ ਵਿੱਚ ਉਸ ਦੀ ਕਾਫੀ ਦਬਦਬਾ ਹੈਗਾ ਤੇ ਖਾਸ ਤੌਰ ਤੇ ਜਿਹੜੇ ਕਾਉ ਬੈਲਟ ਆਪਾਂ ਇਲਾਕਾ ਕਹਿੰਦੇ ਹੁੰਦੇ ਨੇ ਜਿਹਦੇ ਵਿੱਚ ਖਾਸ ਤੌਰ ਤੇ ਜਿਵੇਂ ਮੱਧ ਪ੍ਰਦੇਸ਼ ਹੈ ਰਾਜਸਥਾਨ ਹੈ ਛੱਤੀਸਗੜ ਹੈ ਇਹ ਜਿਹੜੇ ਸੂਬੇ ਨੇ ਇਹਨਾਂ ਦੇ ਚਤਰਾ ਤੁਹਾਨੂੰ ਪਤਾ ਹੀ ਹੈ ਉੱਤਰੀ ਬੈਲਟ ਦੇ ਵਿੱਚ ਭਾਰਤੀ ਜਨਤਾ ਪਾਰਟੀ ਕਾਫੀ ਮਜ਼ਬੂਤ ਹੈ ਜਦੋਂ ਆਪਾਂ ਉਸ ਉੱਤਰੀ ਖੇਤਰ ਦੇ ਵਿੱਚ ਇਕੱਲੇ ਪੰਜਾਬ ਦੀ ਗੱਲ ਕਰਦੇ ਆ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਕਦੇ ਵੀ ਮਜ਼ਬੂਤ ਨਹੀਂ ਰਹੀ ਹੈਗੀ ਕਦੇ ਵੀ ਵੱਡੀ ਪਾਰਟੀ ਨਹੀਂ ਬਣੀ ਹੈਗੀ ਤੇ ਇਸ ਗੱਲ ਕਰਕੇ ਉਸ ਨੂੰ ਕਿਸੇ ਨਾ ਕਿਸੇ ਜਿਹੜੀ ਪਾਰਟੀ ਦਾ ਸਹਾਰਾ ਲੈਣਾ ਪੈਂਦਾ ਖਾਸ ਤੌਰ ਤੇ ਅਕਾਲੀ ਦਲ ਦਾ ਅਕਾਲੀ ਦਲ ਇੱਥੇ ਦੀ ਖੇਤਰੀ ਪਾਰਟੀ ਆ ਤੇ ਇਹਦਾ ਦੇ ਨਾਲ ਬڑے ਲੰਮੇ ਸਮੇਂ ਤੋਂ ਇਹਨਾਂ ਦਾ ਸਮਝੌਤਾ ਵੀ ਚੱਲੇ ਆ ਰਿਹਾ ਸੀ ਜਿਵੇਂ ਤੁਸੀਂ ਕਿਹਾ ਕਿ ਜਦੋਂ ਤਿੰਨ ਵਿਵਾਦ ਗ੍ਰਸਤ ਕਾਨੂੰਨ ਆਏ ਸੀ ਖੇਤੀਬਾੜੀ ਦੇ ਨਾਲ ਸੰਬੰਧਿਤ ਉਸ ਸਮੇਂ ਜਿਹੜੇ ਕਿਸਾਨਾਂ ਦਾ ਅੰਦੋਲਨ ਸੀਗਾ ਉਸ ਅੰਦੋਲਨ ਦੇ ਦੌਰਾਨ ਜਿਸ ਤਰੀਕੇ ਦੇ ਨਾਲ ਕਿਸਾਨਾਂ ਦਾ ਦਬਾਅ ਪਿਆ ਤੇ ਅਕਾਲੀ ਦਲ ਨੂੰ ਮਜਬੂਰ ਹੋ ਕੇ ਭਾਜਪਾ ਦਾ ਸਾਥ ਛੱਡਣਾ ਪਿਆ ਸੀ ਆ ਹਰ ਸਿਮਰਤ ਬਾਦਲ ਨੂੰ ਆਪਣਾ ਮੰਤਰੀ ਮંત્રી ਦਾ ਅਹੁਦਾ ਵੀ त्याਗਣਾ ਪਿਆ ਸੀਗਾ ਉਦੋਂ ਤੋਂ ਲੈ ਕੇ ਇਹ ਦੋਵੇਂ ਧਿਰਾਂ ਅਲੱਗ-ਅਲੱਗ ਚੱਲ ਰਹੀਆਂ ਸੀ ਇਹ 2022 ਦੀਆਂ ਚੋਣਾਂ ਦੇ ਵਿੱਚ ਵੀ ਇਹ ਦੋਵੇਂ ਪਾਰਟੀਆਂ ਅਲੱਗ-ਅਲੱਗ ਚੋਣ ਲੜੀਆਂ ਇਹਨਾਂ ਨੇ ਤੇ ਪਰ ਉਹ ਦੋਨਾਂ ਨੂੰ ਹੀ ਜਿਹੜੇ ਹੈਗਾ ਸਫਲਤਾ ਨਹੀਂ ਮਿਲੀ ਹੈਗੀ ਤੇ ਇਸ ਦਾ ਖਮਿਆਜਾ ਇਹਨਾਂ ਦੋਨਾਂ ਪਾਰਟੀਆਂ ਨੂੰ ਜਿਹੜੀ ਦੋ ਜ਼ਿਮਨੀ ਚੋਣਾਂ ਹੋਈਆਂ ਜਿਹੜੀ ਸੰਗਰੂਰ ਦੇ ਵਿੱਚ ਲੋਕ ਸਭਾ ਦੀ ਚੋਣ ਹੋਈ ਸੀਗੀ ਉਸ ਤੋਂ ਬਾਅਦ ਜਲੰਧਰ ਦੇ ਵਿੱਚ ਵੀ ਹੋਈ ਸੀਗੀ ਪਰ ਸੰਗਰੂਰ ਦੇ ਵਿੱਚ ਤਾਂ ਅਕਾਲੀ ਦਲ ਦਾ ਐਡਾ ਮਾੜਾ ਹਾਲ ਹੋਇਆ ਕਿ ਭਾਰਤੀ ਜਨਤਾ ਪਾਰਟੀ ਵੀ ਉਸ ਤੋਂ ਉੱਪਰ ਸੀਗੀ ਜਲੰਧਰ ਦੇ ਵਿੱਚ ਜਿਸ ਤਰੀਕੇ ਦਾ ਇਹਨਾਂ ਦੋਨਾਂ ਪਾਰਟੀਆਂ ਦੀ ਪਰਫਾਰਮੈਂਸ ਰਹੀ ਉਸ ਪਰਫਾਰਮੈਂਸ ਨੂੰ ਦੇਖਦੇ ਹੋਏ ਇਹ ਲੱਗ ਰਿਹਾ ਸੀਗਾ ਕਿ ਜੇਕਰ ਇਹ ਗੱਠਜੋੜ ਹੁੰਦਾ ਤਾਂ ਹੋ ਸਕਦਾ ਹੈ ਇਹ ਸੁਸ਼ੀਲ ਰਿੰਕੂ ਨੂੰ ਆਮ ਆਦਮੀ ਪਾਰਟੀ ਨੂੰ ਵੱਡੀ ਟੱਕਰ ਦੇ ਸਕਦੇ ਸੀਗੇ ਪਰ ਅਜਿਹਾ ਹੋਇਆ ਨਹੀਂ ਹੈਗਾ ਤੇ ਹੁਣ ਇਸ ਸਭ ਨੂੰ ਜਿਹੜੇ ਹਾਲਾਤ ਇਸ ਸਮੇਂ ਨਜ਼ਰ ਆ ਰਹੇ ਨੇ ਉਸ ਸਭ ਦੇ ਵਿੱਚ ਅਸੀਂ ਅੰਕੜਿਆਂ ਦੀ ਵੀ ਗੱਲ ਕਰਾਂਗੇ ਤੇ ਮੁੱਦਿਆਂ ਦੀ ਵੀ ਗੱਲ ਕਰਾਂਗੇ ਜੀ ਇਹ ਵੀ ਲੱਗ ਰਿਹਾ ਦਰਸ਼ਕ ਜੀ ਕਿ ਜੇਕਰ ਦੋਨੇ ਪਾਰਟੀਆਂ ਨੂੰ ਮਹਿਸੂਸ ਹੋ ਰਿਹਾ ਕਿ ਜੇਕਰ ਅਸੀਂ ਇਕੱਠੇ ਹੁੰਦੇ ਤਾਂ ਸਾਡੇ ਸੰਗਰੂਰ ਦੇ ਵਿੱਚ ਪ੍ਰਫਾਰਮੈਂਸ ਵਧੀਆ ਹੁੰਦੀ ਹੈ ਹੋ ਸਕਦਾ ਜਲੰਧਰ ਸ਼ਹਿਰ ਜਿੱਤ ਵੀ ਜਾਂਦੇ ਇਹ ਵੀ ਸ਼ਾਇਦ ਦੋਨਾਂ ਪਾਰਟੀਆਂ ਨੂੰ ਲੱਗ ਰਿਹਾ ਹਾਂ ਇਹਦੇ ਵਿੱਚ ਮੈਂ ਉਹੀ ਗੱਲ ਦੱਸ ਰਿਹਾ ਹਾਂ ਵੀ ਉਹਦੇ ਅੱਜ ਆਪਾਂ ਕੁਝ ਅੰਕੜੇ ਦੀ ਵੀ ਗੱਲ ਕਰਾਂਗੇ ਕੁਝ ਮੁੱਦਿਆਂ ਦੀ ਵੀ ਗੱਲ ਕਰਾਂਗੇ ਤੇ ਉਹਦੇ ਵਿੱਚ ਇਹ ਅੱਜ ਦੱਸ ਵੀ ਇੱਕ ਹੋਰ ਵੀ ਹੈ ਦਰਸ਼ਕਾਂ ਨੂੰ ਆਪਾਂ ਇਹ ਵੀ ਦੱਸੀਏ ਕਿ ਜਿਹੜੀਆਂ ਇਲੈਕਸ਼ਨ ਹੁੰਦੇ ਆ ਚੋਣਾ ਕੀ ਮੁੱਦੇ ਪਾਰੂ ਹੁੰਦੇ ਆ ਜਾਂ ਇਹਨਾਂ ਦੇ ਵਿੱਚ ਅੰਕੜੇ ਪਾਰੂ ਹੋ ਜਾਂਦੇ ਨੇ ਕਈ ਵਾਰ ਦੇਖੋ ਕਈ ਵਾਰ ਤਾਂ ਜਦੋਂ ਜਿਹੜੇ ਚੌਂਦਰੀ ਆ ਆਪਾਂ ਆਪਾਂ ਰਣਨੀਤੀਕਾਰ ਹੁੰਦੇ ਨੇ ਉਹ ਤਾਂ ਅਕਸਰ ਇਹ ਵੀ ਹੁੰਦਾ ਕਿ ਉਹ ਪਹਿਲਾਂ ਤਾਂ ਅੰਕੜੇ ਦੇਖਦੇ ਆ ਅੰਕੜਿਆਂ ਦੇ ਹਿਸਾਬ ਦੇ ਨਾਲ ਫਿਰ ਮੁੱਦਿਆਂ ਨੂੰ ਅਭਾਰਦੇ ਆ ਪਰ ਕਈ ਵਾਰ ਕਈ ਪਾਰਟੀਆਂ ਦੀ ਇਹੋ ਜੀ ਹਵਾ ਚਲਦੀ ਹੈ ਤਾਂ ਉਹਦੇ ਵਿੱਚ ਅੰਕੜੇ ਕੁਕੜੇ ਕੋਈ ਕੰਮ ਨਹੀਂ ਕਰਦੇ ਹੈਗੇ ਤੇ ਕਈ ਵਾਰ ਕਹਿੰਦੇ ਆ ਵੀ ਇਹ ਹਨੇਰੀ ਚੱਲ ਰਹੀ ਹੈ ਜਿਵੇਂ 2022 ਦੇ ਵਿੱਚ ਹੋਇਆ 2022 2022 ਦੇ ਵਿੱਚ ਹਾਂ ਜੇਕਰ ਆਪਾਂ ਅੰਕੜਿਆਂ ਦੀ ਗੱਲ ਕਰਦੇ ਆ ਪਹਿਲਾਂ ਆਪਾਂ 2012 ਦੀ ਵਿਧਾਨ ਸਭਾ ਪੰਜਾਬ ਦੀ ਚੋਣ ਦੀ ਗੱਲ ਕਰ ਰਹੇ ਹਾਂ ਉਹਦੇ ਵਿੱਚ ਅਕਾਲੀ ਭਾਜਪਾ ਗੱਠ ਜੋੜ ਸੱਤਾ ਦੇ ਵਿੱਚ ਆਇਆ 2012 ਦੇ ਵਿੱਚ ਫੇਰ ਉਸ ਨੂੰ ਉਸ ਸਮੇਂ ਜਦੋਂ ਵਿਧਾਨ ਸਭਾ ਚੋਣਾਂ ਹੋਈਆਂ ਤਾਂ ਇਸ ਗੱਠ ਜੋੜ ਨੂੰ 41.91% ਦੀ ਵੋਟਾਂ ਪਈਆਂ ਤੇ 68 ਇਹਨਾਂ ਦੇ ਵਿਧਾਇਕ ਜਿੱਤ ਗਏ ਤੇ ਕਾਂਗਰਸ ਬਿਲਕੁਲ ਥੋੜੀ ਜੀ ਮਾਰਜਨ ਦੇ ਨਾਲ ਹਾਰ ਗਈ ਉਸ ਨੂੰ 40.09% ਦੀ ਵੋਟਾਂ ਪਈਆਂ ਤੇ ਉਸ ਨੂੰ 46 ਜਿਹੜੇ ਹੈਗੇ ਵਿਧਾਇਕ ਮਿਲੇ ਉਸ ਤੋਂ ਬਾਅਦ ਜਦੋਂ ਹਲੇ 2 ਸਾਲ ਹੀ ਹੋਏ ਸੀਗੇ ਵਿਧਾਨ ਸਭਾ ਚੋਣਾਂ ਹੋ ਗਈਆਂ ਉਸ ਸਮੇ 2014 ਦੇ ਵਿੱਚ ਆਮ ਆਦਮੀ ਪਾਰਟੀ ਨਵੀਂ ਐਂਟਰ ਹੋਈ ਉਸ ਸਮੇ ਜਿਹੜੀ ਕਾਂਗਰਸ ਸੀਗੀ ਕਾਂਗਰਸ ਨੂੰ 33.10% ਦੀ ਵੋਟਾਂ ਪਈਆਂ ਜਦਕਿ ਪਹਿਲਾਂ ਉਹਨਾਂ ਦਾ ਬੋਟ ਬੈਂਕ ਘਟ ਗਿਆ ਪਹਿਲਾਂ ਨਾਲੋਂ ਉਹਨਾਂ ਪਹਿਲਾਂ ਨਾਲੋਂ ਘਟ ਕੇ ਜਦੋਂ ਕਿ ਪਹਿਲਾਂ 41 ਕਿਸਦੀ ਲਗਭਗ ਵਿਧਾਨ ਸਭਾ ਅਜੇ ਵਸ ਕੇ ਇਹ ਵੀ ਇੱਕ ਹੋਇਆ ਕਿ ਜਿਹੜਾ ਉਹਨਾਂ ਦਾ ਵੋਟ ਪਰਸੈਂਟ ਘਟਿਆ ਤਾਂ ਕਿਤੇ ਨਾ ਕਿਤੇ ਇਹ ਲੱਗਿਆ ਕਿ ਆਮ ਆਦਮੀ ਪਾਰਟੀ ਹੋਂਦ ਵਿੱਚ ਆ ਗਈ ਤੇ ਉਹਨਾਂ ਦਾ ਵੋਟ ਬੈਂਕ ਟੁੱਟ ਕੇ ਉਧਰ ਚਲਾ ਗਿਆ ਉਹ ਵੀ ਹੋ ਸਕਦਾ ਹੈ ਪਰ ਇਹ ਹੈ ਕਿ ਉਸ ਸਮੇਂ ਤਕਰੀਬਨ ਆਪਾਂ ਕਹਿ ਸਕਦੇ ਆ ਵੀ 33% 33.10% ਵੋਟਾਂ ਕਾਂਗਰਸ ਨੂੰ ਪਈਆਂ ਤੇ ਉਹਦੇ 3 ਮੈਂਬਰ ਪਾਰਲੀਮੈਂਟ ਚੁਣੇ ਗਏ ਅਕਾਲੀ ਦਲ ਜਿਹੜਾ ਕਿ ਅ 212 ਦੇ ਵਿੱਚ ਸੱਤਾ ਚ ਆਇਆ ਸੀਗਾ ਉਸ ਨੂੰ 26.30% ਦੀ ਤੇ ਭਾਜਪਾ ਨੂੰ 8.70% ਦੀ ਵੋਟਾਂ ਪਈਆਂ ਤੇ ਦੋਨਾਂ ਦੀ ਰਲ ਕੇ ਜਦੋਂ ਮਤਲਬ ਇਕੱਠੀਆਂ ਵੋਟਾਂ ਪਈਆਂ ਤਾਂ ਉਹਨਾਂ ਨੂੰ 6 ਮੈਂਬਰ ਪਾਰਲੀਮੈਂਟ ਮਿਲ ਗਏ ਤੇ ਚਾਰ ਅਕਾਲੀ ਦਲ ਨੂੰ ਦੋ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਨੂੰ ਉਸ ਸਮੇਂ ਜਿਹੜੇ ਨਵੀਂ ਐਂਟਰ ਪਾਰਟੀ ਹੋਈ ਆਮ ਆਦਮੀ ਪਾਰਟੀ ਉਹਨੂੰ 24.10% ਦੀ ਵੋਟਾਂ ਮਿਲੀਆਂ ਤੇ ਉਸ ਦੇ 4 ਮੈਂਬਰ ਪਾਰਲੀਮੈਂਟ ਚੁਣੇ ਗਏ ਜਿਹਦੇ ਵਿੱਚ ਖਾਸ ਤੌਰ ਤੇ ਭਗਵੰਤ ਮਾਨ ਉਹਨੇ ਜਿਹੜੇ ਅੱਜ ਕੱਲ ਮਤਲਬ ਆਵਾ ਦੀ ਪਾਰਟੀ ਸਭ ਤੋਂ ਵੱਧ ਖੋਰਾ ਜਿਹੜਾ ਉਹ ਅਕਾਲੀ ਦਲ ਨੂੰ ਲਾਇਆ ਅਕਾਲੀ ਦਲ ਨੂੰ ਲਾਇਆ ਪਾਰਟੀਆਂ ਟ੍ਰੈਡੀਸ਼ਨਲ ਨੂੰ ਲਾਇਆ ਉਹਦੇ ਕਾਰਨ ਸੀਗੇ ਲੋਕ ਇਹਨਾਂ ਰਵਾਇਤੀ ਪਾਰਟੀਆਂ ਤੋਂ ਕੁਛ ਅੱਕੇ ਹੋਏ ਸੀਗੇ ਉਹ ਕਹਿੰਦੇ ਸੀਗੇ ਵੀ ਕੁਛ ਨਾ ਕੁਛ ਬਦਲਾਅ ਹੋਣਾ ਚਾਹੀਦਾ ਹੈ ਤੇ ਕੇਜਰੀਵਾਲ ਉਹਨਾਂ ਦੀ ਜਿਹੜੀ ਖਾਸ ਤੌਰ ਤੇ ਅੰਦਾਜ਼ ਸੀਗਾ ਉਸ ਤੋਂ ਪ੍ਰਭਾਵਿਤ ਹੋਏ ਇਹਨਾਂ ਦਾ ਪੂਰੇ ਭਾਰਤ ਦੇ ਵਿੱਚ ਹੀ ਦੇਖਣ ਨੂੰ ਮਿਲਿਆ ਕਿ ਸਿਰਫ ਪੰਜਾਬ ਦੇ ਵਿੱਚ ਉਹਨਾਂ ਨੂੰ ਜਿਹੜੇ ਹੈਗੇ ਆ ਉਹ ਇੰਨੀਆਂ ਸੀਟਾਂ ਮਿਲੀਆਂ ਹਾਂਜੀ ਫਿਰ ਜਦੋਂ 2017 ਦੀ ਫੇਰ ਜਦੋਂ ਚੋਣ ਹੋਈ ਵਿਧਾਨ ਸਭਾ ਚੋਣ ਵਿਧਾਨ ਸਭਾ ਚੋਣ ਦੇ ਵਿੱਚ ਜਿਹੜਾ ਹਾਲਾਤ ਬਿਲਕੁਲ ਅਲੱਗ ਹੋ ਗਏ ਉਹਦੇ ਵਿੱਚ ਕਾਂਗਰਸ ਨੂੰ 38.64% ਦੀ ਵੋਟਾਂ ਮਿਲੀਆਂ ਹੂੰ ਪੂਰੇ ਹਿੰਦੁਸਤਾਨਾ ਪੰਜਾਬ ਦੇ ਵਿੱਚ ਤੇ ਉਸ ਦੇ ਜਿਹੜੇ ਪਹਿਲਾਂ 46 ਵਿਧਾਇਕ ਸੀਗੇ ਉਹ ਵੱਧ ਕੇ 77 ਹੋ ਗਏ 77 ਜਿਹੜੀ ਆਮ ਆਦਮੀ ਪਾਰਟੀ ਸੀ ਨਵੀਂ ਐਂਟਰ ਹੋਈ ਸੀ 2014 ਦੇ ਵਿੱਚ ਆਈ ਸੀ 2017 ਦੇ ਵਿੱਚ ਉਹਦੀ ਪਰਫਾਰਮੈਂਸ ਫੇਰ ਬਿਹਤਰ ਹੋਈ ਤੇ ਉਹਨੂੰ 23.70% ਦੀ ਵੋਟਾਂ ਮਿਲੀਆਂ ਤੇ ਉਸ ਦੇ 20 ਵਿਧਾਇਕ ਬਣ ਗਏ ਅਕਾਲੀ ਦਲ ਅਕਾਲੀ ਦਲ ਜਿਹੜਾ ਸੱਤਾ ਦੇ ਵਿੱਚ ਸੀਗਾ ਉਸ ਨੂੰ ਅਕਾਲੀ ਦਲ ਤੇ ਭਾਰਤੀ ਜਿਹੜੇ ਜਨਤਾ ਪਾਰਟੀ ਆ ਉਹਦਾ ਜਿਹੜਾ ਗੱਠ ਜੋੜ ਸੀਗਾ ਉਹਨਾਂ ਨੂੰ ਜਿਹੜੀ ਵੋਟਾਂ ਮਿਲੀਆਂ ਬਹੁਤ ਘਟੀਆਂ 30.6 ਫੀਸਦੀ ਇਹਨਾਂ ਨੂੰ ਵੋਟਾਂ ਮਿਲੀਆਂ ਤੇ ਇਹਨਾਂ ਦੇ 18 ਵਿਧਾਇਕ ਰਹੇਗੇ ਤੇ ਉਹ ਮੈਨੂੰ ਲੱਗਦਾ ਜਿਹੜੇ 17 ਦੇ ਵਿੱਚ ਜੇ ਆਪਾਂ ਜਦੋਂ ਗੱਲ ਕਰਦੇ ਆ ਕਿ ਇਹਨਾਂ ਨੂੰ ਕਾਂਗਰਸ ਦੀਆਂ ਵੋਟਾਂ 77 ਵਿਧਾਇਕ ਮਿਲੇ ਤਾਂ ਕਿਤੇ ਨਾ ਕਿਤੇ ਉਹ ਕੈਪਟਨ ਮੁਰਿੰਦਰ ਸਿੰਘ ਨੇ ਸ਼ਾਇਦ ਇਹ ਗੁਟਕੇ ਦੀ ਸੌਂ ਖਾਦੀ ਸੀਗੀ ਹਨ ਨਹੀਂ ਉਹ ਉਹ ਮੈਨੂੰ ਲੱਗਦਾ ਫੈਕਟਰ ਕੰਮ ਕੀਤਾ ਉਹੀ ਫੈਕਟਰ ਕੰਮ ਕਰਦਾ ਲੋਕਾਂ ਦੇ ਵਿੱਚ ਮੈਂ ਉਹੀ ਗੱਲ ਕਰਦਾ ਹੈ ਕਈ ਵਾਰ ਅੰਕੜੇ ਕੰਮ ਕਰਦੇ ਆ ਕਈ ਵਾਰ ਮੁੱਦੇ ਕੰਮ ਕਰਦੇ ਆ ਲੋਕ ਅੱਗੇ ਹੋਏ ਸੀਗੇ ਉਹ ਇੱਕ ਉਹਨੇ ਇੱਕ ਫਾਰਮ ਵੀ ਭਰਾਇਆ ਸੀ ਕਿ ਹਰ ਘਰ ਨੌਕਰੀ ਉਹ ਵੀ ਇੱਕ ਬੰਦਾ ਫੈਕਟਰ ਹੈ ਨੌਕਰੀ ਹਰੇਕ ਪਾਰਟੀ ਦਾ ਜਿਹੜਾ ਮੁੱਦਾ ਹੁੰਦਾ ਹੈ ਹਰੇਕ ਬੰਦੇ ਦੀ ਮੰਗ ਹੁੰਦੀ ਹੈ ਜਿਹੜਾ ਵੀ ਹੁਣ ਪੰਜਾਬ 'ਚ ਰਹਿੰਦਾ ਹਰਿਆਣਾ 'ਚ ਰਹਿੰਦਾ ਕਿਤੇ ਵੀ ਹਿੰਦੁਸਤਾਨ ਦੇ ਵਿੱਚ ਰਹਿੰਦਾ ਮੋਦੀ ਸਰਕਾਰ ਨੇ ਮੋਦੀ ਸਾਹਿਬ ਨੇ ਵੀ ਕਿਹਾ ਸੀ ਜੀ ਅਸੀਂ ਕਰੋੜਾਂ ਨੌਕਰੀਆਂ ਦੇਵਾਂਗੇ ਵੀ 15 ਲੱਖ ਆਏਗਾ ਹਾਂ ਠੀਕ ਹੈ ਉਸ ਗੱਲ ਕਰਕੇ ਕਈ ਵਾਰ ਮੁੱਦੇ ਬੜੇ ਲੋਕਾਂ ਦੇ ਉੱਤੇ ਕੰਮ ਕਰਦੇ ਤੇ ਹੁਣ ਜਿਹੜੇ ਹੁਣ ਜਿਵੇਂ ਇਸ ਸਮੇਂ ਭਗਵੰਤ ਮਾਨ ਸਰਕਾਰ ਹੈ ਉਹ ਵੀ ਭ੍ਰਿਸ਼ਟਾਚਾਰ ਮੁਫਤ ਬਿਜਲੀ ਰੋਜ਼ਗਾਰ ਦੇ ਮਾਮਲਿਆਂ ਦੇ ਉੱਤੇ ਲੋਕਾਂ ਦੇ ਵਿੱਚ ਜਾ ਰਹੀ ਹੈ ਖੈਰ ਇਸ ਦੇ ਨਾਲ ਨਾਲ ਜਿਹੜਾ ਹੈਗਾ ਉਸ ਤੋਂ ਬਾਅਦ ਜਦੋਂ 2022 ਦੀਆਂ ਵਿਧਾਨ ਸਭਾ ਚੋਣਾਂ ਹੁੰਦੀਆਂ ਨੇ ਉਹਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਪੋਜੀਸ਼ਨ ਹੈ ਬਹੁਤ ਹੀ ਵਧੀਆ ਰਹਿੰਦੀ ਹੈ ਉਹਨੂੰ 42.01% ਦੀ ਵੋਟਾਂ ਪੈਂਦੀਆਂ ਤੇ 93 ਉਹਦੇ ਵਿਧਾਇਕ ਬਣਦੇ ਆ ਕਾਂਗਰਸ ਜਿਹੜੀ ਹੈਗੀ ਹੈ ਉਹ ਵਿਰੋਧੀ ਧਿਰ ਬਣੀ ਉਹਨੂੰ 22.8 ਜਿਹੜੇ ਹੈਗੇ ਆ 98% ਦੀ ਵੋਟਾਂ ਮਿਲੀਆਂ ਤੇ ਉਹਦੇ 17 ਵਿਧਾਇਕ ਬਣੇ ਅਕਾਲੀ ਦਲ ਜਿਹੜਾ ਕਿ ਮਤਲਬ ਕਾਫੀ ਵੱਡੀ ਖੇਤਰੀ ਪਾਰਟੀ ਮੰਨੀ ਜਾਂਦੀ ਹੈ ਉਸ ਨੂੰ ਜਿਹੜੇ ਹਾਲਾਤ ਲਗਾਤਾਰ ਵਿਗੜਦੇ ਗਏ ਤੇ 18.38% ਹੀ ਉਹਨਾਂ ਨੂੰ ਵੋਟਾਂ ਮਿਲੀਆਂ ਤੇ ਉਹਦੇ ਤਿੰਨ ਵਿਧਾਇਕ ਹੀ ਚੁਣੇ ਗਏ ਉਹ ਲੱਗਦਾ ਕਿਤੇ ਬਰਗਾੜੀ ਕਾਂਸੀ ਜਿਹੜੇ ਹੈਗੇ ਅੰਬਿਆਦਵੀਆਂ ਵਾਲੇ ਮਾਮਲੇ ਉਹ ਕਿਤੇ ਨਾ ਕਿ ਨੁਕਸਾਨ ਕਰ ਗਿਆ ਉਹਦੇ ਵਿੱਚ ਖਾਸ ਤੌਰ ਤੇ ਕਾਲੀਰਾਂ ਨੂੰ ਤਾਂ ਕਿਸਾਨ ਮੁੱਦਾ ਹੋਇਆ ਸਿੱਖ ਮੁੱਦੇ ਹੋਏ ਸਿੱਖਾਂ ਦੇ ਮੁੱਦਿਆਂ ਨੂੰ ਔਣਗੋਲਿਆ ਕਰਨਾ ਹੋਇਆ ਇਹ ਸਾਰੀਆਂ ਚੀਜ਼ਾਂ ਨੇ ਜਿਹੜਾ ਹੈਗਾ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਇਆ ਗਾਠ ਜੋ ਟੁੱਟਣਾ ਹੈ ਗਾਠ ਹੁਣ ਇਸ ਤੋਂ ਬਾਅਦ ਜਦੋਂ ਆਪਾਂ ਅਗਲੀ ਗੱਲ ਕਰਦੇ ਹਾਂ ਉਹਦੇ ਵਿੱਚ ਜਦੋਂ 2022 ਦੀਆਂ ਵਿਧਾਨ ਸਭਾ ਚੋਣਾਂ ਹੋਣ ਤੋਂ ਬਾਅਦ ਆਮ ਆਦਮੀ ਪੀ ਪਾਰਟੀ ਸੱਤਾ ਦੇ ਵਿੱਚ ਆਈ ਉਸ ਤੋਂ ਬਾਅਦ ਤੁਰੰਤ ਜਿਹੜੀ ਜ਼ਿਮਨੀ ਚੋਣ ਹੋਈ ਸੰਗਰੂਰ ਦੀ ਸੰਗਰੂਰ ਦੇ ਵਿੱਚ ਆਮ ਆਦਮੀ ਪਾਰਟੀ ਜਿਸ ਨੂੰ ਪੂਰਾ ਕੌਨਫੀਡੈਂਸ ਸੀ ਜਿਹਦੇ ਲੀਡਰ ਹਰੇਕ ਹੀ ਕਹਿੰਦਾ ਸੀ ਵੀ ਅਸੀਂ ਸੰਗਰੂਰ ਸੀਟ ਕਦੇ ਵੀ ਹਾਰ ਨਹੀਂ ਸਕਦੇ ਹੈਗੇ ਕਿਉਂਕਿ ਉੱਥੇ ਭਗਵੰਤ ਮਾਨ ਜਿਹੜਾ ਹੈਗਾ ਉਹਨਾਂ ਨੇ ਅਸਤੀਫਾ ਦਿੱਤਾ ਸੀਗਾ ਤੇ ਇਸ ਪਰ ਥੋੜੀ ਕੁਝ ਕੁਝ ਦੇਰ ਬਾਅਦ ਮੈਨੂੰ ਲੱਗਦਾ ਹੈ ਵੀ ਉੱਥੇ ਜਿਹੜਾ ਜਿਹੜੀ ਵੋਟਰ ਨੇ ਸੰਗਰੂਰ ਦੇ ਉਹ ਕਿਤੇ ਨਾ ਕਿਤੇ ਇਹ ਗੱਲ ਨੁਕਸਾਨ ਹੋਇਆ ਪਾਰਟੀ ਨੂੰ ਕਿ ਜਿਹੜੇ ਸੰਗਰੂਰ ਦੇ ਲੋਕ ਆ ਉਹਨਾਂ ਨੇ ਵੋਟ ਨਹੀਂ ਪਾਈ ਉੱਥੇ ਇੱਕ ਸਭ ਤੋਂ ਵੱਡੀ ਗੱਲ ਦੇ ਦਰਸ਼ਕ ਜੀ ਇਹ ਵੀ ਦੇਖਣ ਨੂੰ ਮਿਲੀ ਕਿ ਜਿਹੜੀ ਪਾਰਟੀ ਕਾਫੀ ਦੇਰ ਤੋਂ ਹਾਸ਼ੀਏ ਚੱਲ ਰਹੀ ਸੀ ਸਿਮਰਜੀਤ ਸਿੰਘ ਮਾਨ ਲਈ ਤੇ ਉਹ ਪਾਰਟੀ ਕਿਤੇ ਨਾ ਕਿਤੇ ਦੁਬਾਰਾ ਜਿਹੜੀ ਹੈਗੇ ਸਰਵਾਈਵ ਹੋਊਗੀ ਤੇ ਸਿਮਰਜੀਤ ਸਿੰਘ ਮਾਨ ਜਿਹੜੇ ਐਮਪੀ ਬਣ ਗਏ ਔਰ ਦਰਸ਼ਕੋ ਇਹ ਜ਼ਰੂਰ ਹੈਗਾ ਆਪਾਂ ਦੇਖਦੇ ਆ ਰਹੇ ਹਾਂ ਕਿ ਕਈ ਵਾਰ ਜਿਵੇਂ ਦਰਸ਼ਕੀ ਨੇ ਦੱਸਿਆ ਹੈ ਕਿ ਮੁੱਦੇ ਪਾਰੂ ਹੋ ਜਾਂਦੇ ਨੇ ਜਿਵੇਂ 2022 ਦੇ ਵਿੱਚ ਆਮ ਆਦਮੀ ਪਾਰਟੀ ਨੇ ਜਤਾਉਣ ਦੇ ਲਈ ਸ਼ਾਇਦ ਕਾਲੀ ਦਲ ਦੇ ਵਰਕਰਾਂ ਨੇ ਵੋਟ ਪਾਈ ਹੋਊਗੀ ਕਾਂਗਰਸ ਨੇ ਨਹੀਂ ਵੋਟ ਪਾਈ ਹੋਊ ਕਿਉਂ ਕਿਉਂਕਿ ਇੱਕ ਬਦਲਾਅ ਦਾ ਮਾਹੌਲ ਸੀਗਾ ਸਿਰਫ ਬਦਲਾ ਇਹੀ ਸੀ ਹਰ ਵੋਟਰ ਚਾਹੁੰਦਾ ਸੀਗਾ ਕਿ ਬਦਲਾ ਆਵੇ ਦਰਸ਼ਕੋ ਆਪਾਂ ਗੱਲ ਕਰ ਰਹੀ ਸੀਗੇ ਸੰਗਰੂਰ ਜਿਮਨੀ ਚੋਣ ਦੀ ਉਸ ਤੋਂ ਬਾਅਦ ਜਲੰਧਰ ਦੀ ਜਿਮਨੀ ਚੋਣ ਹੋਈ ਸੰਗਰੂਰ ਦੀ ਜਿਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਕਿਤੇ ਨਾ ਕਿਤੇ ਹਾਰ ਦਾ ਮੂੰਹ ਦੇਖਣਾ ਪਿਆ ਸੀ ਤੇ ਜਲੰਧਰ ਜਿਮਨੀ ਚੋਣ ਵੱਡੇ ਫਰਕ ਨਾਲ ਜਿੱਤੀ ਸੀ ਸੋ ਦਰਸ਼ਕ ਜੀ ਇਹ ਕੀ ਲੱਗਦਾ ਕਿ ਥੋੜੀ ਦੇਰ ਬਾਅਦ ਜਿਹੜਾ ਗੈਪ ਸੀਗਾ ਜਿਮਨੀ ਚੋਣਾਂ ਦਾ ਇੱਕ ਹਾਰ ਗਏ ਤੇ ਇੱਕ ਜਿੱਤ ਗਏ ਦੇਖੋ ਗੱਲ ਇਹ ਹੁੰਦੀ ਆ ਨਾ ਕਿ ਜਿਸ ਤਰੀਕੇ ਦੇ ਨਾਲ ਤੁਹਾਨੂੰ ਮੈਂ ਆਪਾਂ ਮੁੱਦਿਆਂ ਦੀ ਗੱਲ ਕਰਦੇ ਸੀਗੇ ਦੀਪ ਸਿੱਧੂ ਦੀ ਉਹਦਾ ਮੌਤ ਹੋਈ ਲੋਕਾਂ ਦੀ ਹਮਦਰਦੀ ਸੀ ਦੀਪ ਸਿੱਧੂ ਦੇ ਨਾਲ ਤੇ ਉਸ ਤੋਂ ਬਾਅਦ ਜਿਹੜਾ ਦੀਪ ਸਿੱਧੂ ਸੀਗਾ ਅਕਾਲੀ ਦਲ ਮਾਨ ਦੇ ਨਾਲ ਜੁੜਿਆ ਹੋਇਆ ਸੀਗਾ ਤੇ ਲੋਕਾਂ ਨੇ ਇਸ ਹਮਦਰਦੀ ਦੇ ਤੌਰ ਤੇ ਜਿਹੜਾ ਹੈਗਾ ਖਾਸ ਤੌਰ ਤੇ ਅਕਾਲੀ ਦਲ ਮਾਨ ਨੂੰ ਵੋਟਾਂ ਪਾਈਆਂ ਤੇ ਸਿਮਰਜ ਸਿੰਘ ਮਾਨ ਉੱਥੇ ਜਿੱਤੇ ਉਹਨਾਂ ਨੂੰ ਜਿਹੜੀਆਂ ਵੋਟਾਂ ਪਈਆਂ ਉਹ 35.61 ਫੀਸਦੀ ਸਿਮਰ ਲਜੀਤ ਸਿੰਘ ਮਾਰਨੂ ਪਈਆਂ ਜਿਹੜੀ ਆਮ ਆਦਮੀ ਪਾਰਟੀ ਜਿਸ ਨੂੰ 40 ਤੋਂ 42% ਪੈ ਰਹੀ ਸੀ ਵੋਟ ਉਹ 34.79% ਦੀ ਸੀ ਤੁਸੀ ਤੋਂ ਮੂਸੇ ਵਾਲਾ ਫੈਕਟਰੀ ਵੀ ਕੰਮ ਕੀਤਾ ਉੱਥੇ ਕਿਤੇ ਨਾ ਕਿਤੇ ਸਿੱਧੂ ਮੁਖੇ ਵਾਲਾ ਵੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਕਾਂਗਰਸ ਜਿਹੜੀ ਸੀਗੀ ਉਸ ਨੂੰ 11.21% ਦੀ ਵੋਟਾਂ ਹੀ ਮਿਲੀਆਂ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਨਾਲੋਂ ਉੱਥੇ ਉੱਪਰ ਰਹੀ ਭਾਰਤੀ ਜਨਤਾ ਪਾਰਟੀ ਨੂੰ 9.33% ਦੀ ਵੋਟਾਂ ਮਿਲੀਆਂ ਅਕਾਲੀ ਦਲ ਨੂੰ ਤਾਂ ਕਿਤੇ ਨਾ ਕਿਤੇ ਨੁਕਸਾਨ ਹੋਇਆ ਮੇਰੇ ਖਿਆਲ ਉੱਥੋਂ ਸੁਖਦੇਵ ਸਿੰਘ ਢੀਡਸਾਂ ਨੇ ਪਾਰਟੀ ਛੱਡਤੀ ਸੀ ਤੇ ਲੱਗਦਾ ਕਿਤੇ ਨਾ ਕਿਤੇ ਉਹ ਵੀ ਨੁਕਸਾਨ ਹੋਇਆ ਵੱਡਾ ਉਹ ਫੈਕਟਰ ਵੀ ਕੰਮ ਕਰਦਾ ਤੇ ਇਸ ਤੋਂ ਇਲਾਵਾ ਲਗਾਤਾਰ ਹਰ ਲੋਕਾਂ ਦੇ ਮਨ ਦੇ ਵਿੱਚ ਇਹ ਗੱਲ ਫਸੀ ਹੋਈ ਸੀ ਕਿ ਅਕਾਲੀ ਦਲ ਨੇ ਬੇਅਦਬੀ ਵਾਲੇ ਮਾਮਲੇ ਆਪਣੇ ਕਾਰਜਕਾਲ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਗਲਤੀਆਂ ਕੀਤੀਆਂ ਜਿਹੜੀਆਂ ਕਿ ਸਿੱਖ ਭਾਈਚਾਰੇ ਨੂੰ ਬਹੁਤ ਉਹਦੇ ਨਾਲ ਠੇਸ ਪਹੁੰਚੀ ਜਿੰਦੇ ਵਿੱਚ ਬੇਅਦਬੀ ਦਾ ਮਾਮਲਾ ਸੀਗਾ ਹੋਰ ਵੀ ਕਈ ਸਿੱਖਾਂ ਖਾਸ ਕਰਕੇ ਮਾਲਵਾ ਬੈਲਟ ਦੇ ਵਿੱਚ ਜ਼ਿਆਦਾ ਦੇਖਣ ਨੂੰ ਮਿਲੇ ਆ। ਹਾਂਜੀ ਆਪਾਂ ਜਿਹੜੀ ਉਸ ਸਮੇ ਅਕਾਲੀ ਦਲ ਜਿਹੜਾ 5ਵੇਂ ਸਥਾਨ ਤੇ ਰਿਹਾ ਉਹਨੂੰ 6.25% ਦੀ ਵੋਟਾਂ ਮਿਲੀਆਂ। ਉਸ ਤੋਂ ਬਾਅਦ ਤੁਹਾਨੂੰ ਪਤਾ ਹੈ ਜਲੰਧਰ ਦੇ ਵਿੱਚ ਚੌਧਰੀ ਸੰਤੋਖ ਸਿੰਘ ਉਹਨਾਂ ਦੀ ਅਚਾਨਕ ਹਾਰਟ ਅਟੈਕ ਦੇ ਨਾਲ ਮੌਤ ਹੋਈ ਜਦੋਂ ਰਾਹੁਲ ਗਾਂਧੀ ਆਪਣੀ ਯਾਤਰਾ ਲੈ ਕੇ ਲੰਘ ਰਹੇ ਸੀਗੇ। ਤੇ ਉਸ ਤੋਂ ਬਾਅਦ ਇਹ ਸੀਟ ਖਾਲੀ ਹੋਈ ਇਹ ਸੀਟ ਖਾਲੀ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਵਾਸਤੇ ਬੜੀ ਵੱਡੀ ਚੁਣੌਤੀ ਬਣ ਗਈ ਸੀ ਕਿ ਜੇਕਰ ਅਸੀਂ ਇਹ ਸੀਟ ਵੀ ਹਾਰ ਗਏ ਦਾ ਸਾਡੇ ਲਈ ਬਹੁਤ ਵੱਡੀ ਸਮੱਸਿਆ ਸੀ ਇਸ ਗੱਲ ਕਰਕੇ ਉਹਨੂੰ ਦਿਗਜ ਚੇੜਾ ਕਹਿੰਦਾ ਕਿ ਕਿਤੇ ਦਰਸ਼ਕ ਜੀ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਲਈ ਚੁਣੌਤੀਆਂ ਤਾਂ ਹੁਣ ਇਸ ਲੋਕ ਸਭਾ ਦੇ ਵਿੱਚ ਹੀ ਬਹੁਤ ਜ਼ਿਆਦਾ ਨੇ ਕਿਉਂਕਿ ਉਹਨਾਂ ਕੋਲ ਜਿਹੜੇ ਉਮੀਦਵਾਰ ਆਪਾਂ ਦੇਖ ਰਹੇ ਹਾਂ ਕਿ ਜਿਹੜੇ 8 ਹੁਣ 5 ਇਹਨਾਂ ਨੇ 8 ਸੋਰੀ 5 ਰਹਿੰਦੇ ਨੇ ਤੇ 8 ਨੇ ਐਲਾਨ ਕਰਤੇ ਉਹਦੇ ਚੋਂ 5 ਤੇ ਇਹਨਾਂ ਦੇ ਕੈਬਨਿਟ ਮੰਤਰੀ ਹੈ ਜਿਹੜੇ ਦੂਜੇ ਨੇ ਉਹ ਦੂਜੀਆਂ ਪਾਰਟੀਆਂ ਚੋਂ ਆਏ ਨੇ ਆਪਾਂ ਪਹਿਲਾਂ ਜਲੰਧਰ ਸੀਟ ਦੀ ਥੋੜੀ ਜਿਹੀ ਗੱਲ ਕਰ ਲਈਏ ਜਲੰਧਰ ਦੇ ਵਿੱਚ ਜਿਹੜੀ ਵੋਟਾਂ ਪਈਆਂ ਆਪਾ ਪਰਸੈਂਟੇਜ ਦੀਆਂ ਅੰਕੜਿਆਂ ਦੀ ਗੱਲ ਕਰ ਰਹੇ ਸੀਗੇ ਉਹਦੇ ਵਿੱਚ ਆਮ ਆਦਮੀ ਪਾਰਟੀ ਨੂੰ 34.05% ਵੋਟਾਂ ਆਮ ਆਦਮੀ ਦੀ ਪਾਰਟੀ ਸੁਸ਼ੀਲ ਰਿੰਕੂ ਜਿੱਤ ਗਏ ਤੇ ਜਿਹੜੀ ਕਾਂਗਰਸ ਸੀਗੀ ਉਸ ਨੂੰ 27.44% ਦੀਆਂ ਵੋਟਾਂ ਪਈਆਂ ਤੇ ਅਕਾਲੀ ਦਲ ਜਿਹੜਾ ਪੰਜਵੇਂ ਸਥਾਨ ਤੇ ਰਿਹਾ ਸੀਗਾ ਉਹ ਤੀਜੇ ਸਥਾਨ ਤੇ ਆ ਗਿਆ ਸੰਗਰੂਰ ਤੋਂ ਥੋੜਾ ਜਿਹਾ ਉਸ ਨੂੰ ਵਧੀਆ ਪਰਫਾਰਮੈਂਸ ਮਿਲੀ 17.85% ਦੀ ਮਿਲੀਆਂ ਤੇ ਭਾਰਤੀ ਜਨਤਾ ਪਾਰਟੀ ਨੂੰ ਇੱਥੇ 15.8% ਦੀ ਸੇਧ ਉੱਤਰ बसपा ਦਾ ਗਾੜਾ बसपा ਨਾਲ ਗੱਠ ਜੋੜ ਸੀਗਾ ਇਹ ਵੀ ਫੈਕਟਰ ਕੰਮ ਕਰਿਆ ਕਿਤੇ ਇਹ ਵੀ ਫੈਕਟਰ ਕੰਮ ਕੀਤਾ ਤੇ ਇਹ ਵੀ ਗੱਲ ਹੈ ਕਿ ਜੇਕਰ ਅਕਾਲੀ ਤੇ ਭਾਜਪਾ ਗੱਠ ਜੋੜਦੀਆਂ ਵੋਟਾਂ ਮੋਲਾ ਲੰਦੇ ਤਾਂ ਇਹ ਵੱਡੀ ਚੁਣੌਤੀ ਬਣਦੀ ਸੀ ਆਮ ਆਦਮੀ ਪਾਰਟੀ ਵਾਸਤੇ ਸਤਾ ਦੇ ਲਈ ਐ ਇਸੇ ਗੱਲ ਕਰਕੇ ਇਹ ਲਗਾਤਾਰ ਯਤਨ ਚੱਲ ਰਹੇ ਨੇ ਕਿ ਕਿਵੇਂ ਨਾ ਕਿਵੇਂ ਇਹ ਗੱਠ ਜੋੜ ਹੋ ਜਵੇ ਜਿੱਥੋਂ ਆਪਾਂ ਗੱਲ ਨੂੰ ਸ਼ੁਰੂ ਕੀਤੀ ਸੀਗੀ ਤੇ ਅਮਿਤ ਸ਼ਾ ਅਕਾਲੀ ਦਲ ਦੇ ਵੱਡੇ ਲੀਡਰ ਇਹੀ ਚਾ ਰਹੇ ਨੇ ਕਿ ਇਹ ਗੱਠਜੋੜ ਹੋਣਾ ਚਾਹੀਦਾ ਹੈ ਦੋਨੋਂ ਪਾਰਟੀਆਂ ਚਾਹੁੰਦੀਆਂ ਕਿ ਗੱਠਜੋੜ ਹੋ ਜਾਏ ਗੱਠ ਦੋਨੋਂ ਪਾਰਟੀਆਂ ਗੱਠਜੋੜ ਚਾਹੁੰਦੀਆਂ ਨੇ ਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੋਨੇ ਪਾਰਟੀਆਂ ਇਹ ਚਾਹੁੰਦੀਆਂ ਨੇ ਕਿ ਇਹ ਗੱਠਜੋੜ ਨਹੀਂ ਹੋਵੇ ਤੇ ਇਸ ਗੱਲ ਕਰਕੇ ਹੁਣ ਇਹ ਗੱਠਜੋੜ ਕਦੋਂ ਹੁੰਦਾ ਜਿਵੇਂ ਇਹ ਗੱਲ ਅਮਿਤ ਸ਼ਾਹ ਨੇ ਕਹੀ ਹੈ ਇਸ ਤੋਂ ਪਹਿਲਾਂ ਐਸਐਸ ਚੰਨੀ ਜਿਹੜੇ ਕਿ ਭਾਰਤੀ ਜਨਤਾ ਪਾਰਟੀ ਦੇ ਜਿਸ ਕਿ ਮੈਨੂੰ ਲੱਗਦਾ ਵੀ ਹੁਣ ਲੋਕ ਜਿਹੜਾ ਸਰਹੱਦਾ ਦੇ ਉੱਪਰ ਜਿਹੜਾ ਕਿਸਾਨ ਮੋਰਚਾ ਮੈਨੂੰ ਲੱਗਦਾ ਕਿ ਬਹੁਤੀ ਤਵੱਜੋ ਨਹੀਂ ਦੇ ਰਹੇ ਸ਼ਾਇਦ ਕੁਝ ਦਿਨਾਂ ਤੋਂ ਇਹ ਵੀ ਹੈਗਾ ਉਸ ਦੇ ਉੱਤੇ ਵੀ ਗੱਲ ਕਰਨੀ ਬਣਦੀ ਆ ਪਰ ਕਰ ਸਕਦੇ ਆ ਜੇਕਰ ਆਪਣੇ ਕੋਲ ਟਾਈਮ ਹੋਇਆ ਪਰ ਜੇਕਰ ਅਸੀਂ ਇਹਨਾਂ ਲੋਕ ਸਭਾ ਚੋਣਾਂ ਦੀ ਇਹ ਗੱਲ ਕਰਦੇ ਆ ਕਿ ਉਸ ਦੇ ਵਿੱਚ ਜਿਹੜਾ ਖਾਸ ਤੌਰ ਤੇ ਇਹ ਫੈਕਟਰ ਹੈ ਨੇ ਅਕਾਲੀ ਭਾਜਪਾ ਦਾ ਜਲੰਧਰ ਦੇ ਵਿੱਚ ਉਹਨਾਂ ਦੀ ਜਿਹੜੀ ਪਰਫਾਰਮੈਂਸ ਆ ਉਸ ਪਰਫਾਰਮੈਂਸ ਤੋਂ ਬਾਅਦ ਲਗਾਤਾਰ ਇਹ ਗੱਲਬਾਤ ਚੱਲਦੀ ਰਹੀ ਕਿ ਇਹ ਦੋਨੇ ਪਾਰਟੀਆਂ ਇਕੱਠੀਆਂ ਹੋ ਸਕਦੀਆਂ ਨੇ ਪਰ ਸਮੇਂ-ਸਮੇਂ ਦੇ ਉੱਤੇ ਕਈ ਕਾਰਨ ਹੋ ਗਏ ਤੇ ਇਹ ਜਿਹੜੀ ਹੈ ਸਿਰੇ ਨਹੀਂ ਚੜੀ ਇਹ ਹੁਣ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਸੀਟਾਂ ਨੂੰ ਲੈਣ ਦੇਣ ਕਰਕੇ ਇਹ ਸਮੱਸਿਆ ਆ ਰਹੀ ਹੈ ਤੇ ਇਹਦੇ ਨਾਲ ਨਾਲ ਕਈ ਮਤਲਬ ਪਰ ਇਹ ਹੈ ਕਿ ਅਕਾਲੀ ਦਲ ਇਹ ਕਹਿ ਰਿਹਾ ਜਿਹੜੇ ਪਰਮਿੰਦਰ ਸਿੰਘ ਢੀਂਡਸਾ ਦੇ ਆਪਾਂ ਸਟੇਟਮੈਂਟ ਦੇਖੀਏ ਉਹਨਾਂ ਨੇ ਕਿਹਾ ਕਿ ਐ ਸੀਟਾਂ ਦਾ ਲੈਣ ਦੇਣ ਇੰਨਾ ਮਾਇਨਾ ਨਹੀਂ ਰੱਖਦਾ ਪਰ ਸਾਡੇ ਲਈ ਖਾਸ ਤੌਰ ਤੇ ਬੰਦੀ ਸਿੰਘਾ ਦਾ ਮਾਮਲਾ ਫਿਰ ਉਸ ਤੋਂ ਬਾਅਦ ਕਿਸਾਨਾਂ ਦਾ ਮਾਮਲਾ ਇਹ ਕੁਝ ਪੰਥਕ ਮੁੱਦੇ ਨੇ ਉਹਨਾਂ ਦੇ ਤੇ ਵਿਚਾਰ ਪਠਾੰਦਰਾ ਕਰਕੇ ਹੀ ਅਸੀਂ ਇਹ ਸਮਝੌਤਾ ਸਿਰੇ ਲਾਵਾਂਗੇ ਹੁਣ ਇਹ ਹੈ ਕਿ ਕਿਹੜੀ ਕਿਸ ਤਰੀਕੇ ਨਾਲ ਇਹ ਸਮਝੌਤਾ ਹੁੰਦਾ ਕਿਉਂਕਿ ਹੁਣ ਤਾਂ ਇਹ ਕੋਡ ਆਫ ਕੰਡਕਟ ਲੱਗਾ ਹੋਇਆ ਹੈ ਭਾਰਤੀ ਜਨਤਾ ਪਾਰਟੀ ਅਜਿਹਾ ਕੁਝ ਵੀ ਨਹੀਂ ਕਰ ਸਕਦੀ ਜਿਹੜੇ ਮੌਕੇ ਦੇ ਉਤੇ ਐਲਾਨ ਕੀਤਾ ਜਾਵੇ ਹੁਣ ਆਪਾਂ ਗੱਲ ਜਿਵੇਂ ਕਰ ਰਹੇ ਸੀਗੇ ਕਿ ਆਮ ਆਦਮੀ ਪਾਰਟੀ ਚੁਣੌਤੀਆਂ ਆਮ ਆਦਮੀ ਪਾਰਟੀ ਲਈ ਕੀ ਚੁਣੌਤੀ ਹੈ ਕਿਉਂਕਿ ਲੋਕ ਸਭਾ ਚੋਣਾਂ ਹਾਂਜੀ ਤੇ ਆਮ ਆਦਮੀ ਪਾਰਟੀ ਦੇ ਲਈ ਇਸ ਗੱਲ ਕਰਕੇ ਬੜੀ ਵੱਡੀ ਚੁਣੌਤੀ ਬਣੀ ਹੋਈ ਹੈ ਕਿ ਉਹ ਚਾਹ ਰਹੇ ਨੇ ਕਿ ਅਸੀਂ ਵਦ ਵਦ ਮੈਂਬਰ ਪਾਰਲੀਮੈਂਟ ਲਿਆ ਦੇ ਜਿਤਾ ਕੇ ਜਿਹੜਾ ਹੈ ਪਾਰਲੀਮੈਂਟ ਦੇ ਵਿੱਚ ਲੈ ਕੇ ਜਾਈਏ ਪਰ ਉਹਦੇ ਲਈ ਵੱਡੀ ਚੁਣੌਤੀ ਇਸ ਗੱਲ ਕਰਕੇ ਹੈ ਕਿ ਉਸ ਦੇ ਕੋਲ ਦਿਗਜ ਚਿਹਰੇ ਨਹੀਂ ਵੱਡੇ ਚਿਹਰੇ ਨਹੀਂ ਹੈਗੇ ਇਹੀ ਕਾਰਨ ਹੈ ਕਿ ਜਿਹੜੇ 8 ਉਮੀਦਵਾਰ ਹਲਾਨੇ ਨੇ ਜਿਵੇਂ ਕਿ ਸੰਗਰੂਰ ਤੋਂ ਮੀਤਿਹਰ ਅੰਮ੍ਰਿਤਸਰ ਤੋਂ ਤਸਵੀਰ ਇਹ ਵੀ ਕਿਹਾ ਜਾ ਰਿਹਾ ਹੈ ਬੜੀ ਵੱਡੀ ਚਰਚਾ ਚੱਲ ਰਹੀ ਹੈ ਕਿ ਸੱਤਾਧਿਰ ਦੇ ਵਿੱਚ ਹੋਣ ਦੇ ਬਾਵਜੂਦ ਇੱਕ ਸੈਂਟਰਲ ਪਾਰਟੀ ਬਣਨ ਦੇ ਬਾਵਜੂਦ ਵੀ ਪੰਜਾਬ ਦੇ ਵਿੱਚ 2 ਸਾਲਾਂ ਚ ਆਮ ਆਦਮੀ ਪਾਰਟੀ ਇੱਕ ਵੱਡੇ ਚਿਹਰੇ ਨਹੀਂ ਲੈ ਸਕਿਆ ਸਿੱਟੀ ਉਹੀ ਚਿਹਰੇ ਨੇ ਜਿਹੜੇ ਮਤਲਬ ਚਿਹਰੇ ਇਹਨਾਂ ਕੋਲ ਹੈਗੇ ਆ ਉਹ ਮੰਤਰੀ ਨੇ ਆਮ ਦੂਜੇ ਪਾਸੇ ਅਸੀਂ ਆਪਾਂ ਦੇਖੀਏ ਕੋਈ ਵੀ ਵੱਡਾ ਉਹਦਾ ਕਾਰਨ ਕੁਝ ਇਹ ਵੀ ਹੈ ਕਿਉਂਕਿ ਇਸ ਦੀ ਜਿੰਨੀ ਵੀ ਆਮ ਆਦਮੀ ਪਾਰਟੀ ਹੈ ਇਹਦੀ ਜਿਹੜੀ ਲਗਾਮਾਂ ਨੇ ਉਹ ਦਿੱਲੀ ਵਾਲੇ ਨੇ ਕੋਲ ਨੇ ਉਹਦੇ ਵਿੱਚ ਉਹਨਾਂ ਨੇ ਇੰਚਾਰਜ ਇਸ ਤਰੀਕੇ ਨਾਲ ਲਾਏ ਹੋਏ ਨੇ ਦਿੱਲੀ ਵਾਲੇ ਬੰਦੇ ਆ ਕੇ ਉੱਪਰ ਬੈਠੇ ਰਹਿੰਦੇ ਨੇ ਇਸ ਗੱਲ ਕਰਕੇ ਕੋਈ ਵੀ ਹੋਰ ਜਿਹੜਾ ਹੈਗਾ ਮੰਤਰੀਏ ਤੋਂ ਇਲਾਵਾ ਕੋਈ ਵੱਡਾ ਲੀਡਰ ਉੱਭਰ ਹੀ ਨਹੀਂ ਪਾਇਆ ਹੈਗਾ ਹੁਣ ਆਪਾਂ ਜਿਵੇਂ ਗੱਲ ਕੀਤੀ ਸੀਗੀ ਵੀ ਸੰਗਰੂਰ ਤੋਂ ਮੀਤਿਹਰ ਨੂੰ ਖੜਾਇਆ ਅਮਰਸਰ ਤੋਂ ਕੁਲਦੀਪ ਸਿੰਘ ਧਾਲੀਵਾਲ ਨੂੰ ਖੜਾਇਆ ਖਡੂਰ ਸਾਹਿਬ ਤੋਂ ਲਾਲ ਸਿੰਘ ਭੁੱਲਰ ਨੂੰ ਖੜਾਇਆ ਤੇ ਬਠਿੰਡਾ ਤੋਂ ਗੁਰਮੀਤ ਸਿੰਘ ਖੁੱਡੀਆਂ ਤੇ ਪਟਿਆਲਾ ਤੋਂ ਬਲਬੀਰ ਸਿੰਘ ਡਾਕਟਰ ਨੂੰ ਖੜਾਇਆ ਗਿਆ ਇਸ ਤੋਂ ਇਲਾਵਾ ਉਸ ਕੋਲ ਹੁਣ ਜਿਹੜੇ ਦੂਜੇ ਦੋ ਚਿਹਰੇ ਖੜੇ ਕੀਤੇ ਉਹਨਾਂ ਵਿੱਚੋਂ ਫਤਿਹਗੜ੍ਹ ਸਾਹਿਬ ਤੋਂ ਜੀਪੀ ਸਿੰਘ ਫਰੀਦਕੋਟ ਤੋਂ ਕਰਮਜੀਤ ਸਿੰਘ ਅਨਮੋਲ ਕਰਮਜੀਤ ਅਨਮੋਲ ਜਿਹੜੇ ਕਲਾਕਾਰ ਨੇ ਹੁਣ ਜਿਹੜਾ ਅਗਲੀਆਂ ਪੰਜ ਸੀਟਾਂ ਨੇ ਉਹ ਬੜੀ ਵੱਡੀ ਚੁਣੌਤੀ ਬਣੀ ਹੋਈ ਹੈ ਆਮ ਆਦਮੀ ਪਾਰਟੀ ਵਾਸਤੇ ਉਹਨੂੰ ਕੋਈ ਮਜ਼ਬੂਤ ਚਿਹਰੇ ਨਹੀਂ ਮਿਲ ਰਹੇ ਉਹਦੇ ਵਿੱਚ ਜਿਵੇਂ ਗੁਰਦਾਸਪੁਰ ਆਇਆ ਫਰੂਜ਼ਪੁਰ ਆਇਆ ਆਨੰਦਪੁਰ ਸਾਹਿਬ ਹੈ ਲੁਧਿਆਣਾ ਤੇ ਜਿਵੇਂ ਸਾਰੀ ਵੀ ਚਰਚਾ ਛਿੜੀ ਸੀ ਇੱਕ ਕਿ ਪਰਸੋਂ ਬੜੀ ਵੱਡੀ ਚਰਚਾ ਚੱਲੀ ਕਿ ਪਟਿਆਲੇ ਤੋਂ ਇੱਕ ਸੀਟ ਬਦਲੀ ਜਾ ਰਹੀ ਹੈ ਤੇ ਪਰ ਉਹ ਚਲੋ ਕਿਸੇ ਕਾਰਨ ਕਰਕੇ ਨਹੀਂ ਹੋਇਆ ਗੱਲ ਨਹੀਂ ਬਣੀ ਤੇ ਇੱਕ ਚਰਚਾ ਇਹ ਸੀਗੀ ਕਿ ਜਿਹੜੇ ਬੇਅਦਬੀਆਂ ਮਾਮਲਿਆਂ ਦੀ ਸਿੱਟ ਦੇ ਮੁਖੀ ਰਹੇ ਨੇ ਰਣਵੀਰ ਸਿੰਘ ਖਟੜਾ ਸਾਹਿਬ ਦਾ ਆਈਪੀਐਸ ਉਹ ਕਿਤੇ ਨਾ ਕਿਤੇ ਆਮਾ ਦੀ ਪਾਰਟੀ ਨਾਲ ਉਹਦੀ ਗੱਲ ਚੱਲ ਰਹੀ ਹੈ ਆ ਰਹੇ ਨੇ ਪਰ ਅਜੇ ਤੱਕ ਆਏ ਨਹੀਂਗੇ ਪਰ ਕੰਸੂਆ ਜ਼ਰੂਰ ਸੀਗਾ ਔਰ ਇਹ ਵੀ ਕੱਲ ਸੁਣਨ ਨੂੰ ਮਿਲਿਆ ਕਿ ਉਹਨਾਂ ਨੂੰ ਸ਼ਾਇਦ ਕਿਸੇ ਹੋਰ ਪਾਰਟੀ ਤੋਂ ਸੌਰੀ ਇਹ ਆਮਾ ਦੀ ਪਾਰਟੀ ਕਿਸੇ ਹੋਰ ਟਿਕਟ ਤੋਂ ਵੀ ਅਨਾਉਂਸ ਕਰ ਸਕਦੀ ਹੈ ਪਟਿਆਲਾ ਵੱਲ ਹੋਰ ਖੇਤਰ ਤੋਂ ਉਹਨਾਂ ਨੂੰ ਐਲਾਨ ਕਰ ਸਕਦੀ ਹੈ ਉਹਦਾ ਕਾਰਨ ਇਹੀ ਹੈ ਕਿ ਆਮ ਆਦਮੀ ਪਾਰਟੀ ਦੇ ਕੋਲ ਇਸ ਇਸ ਇਹ ਬਹੁਤ ਵੱਡੀ ਚੁਣੌਤੀ ਬਣੀ ਹੈ ਕਿ ਅਸੀਂ ਕਿਵੇਂ ਨਾ ਕਿਵੇਂ ਕਿਉਂਕਿ ਅਕਾਲੀ ਦਲ ਕੋਲ ਵੀ ਵੱਡੇ ਲੀਡਰ ਹੈਗੇ ਆ ਕਾਂਗਰਸ ਕੋਲ ਵੀ ਵੱਡੇ ਲੀਡਰ ਹੈਗੇ ਆ ਤੇ ਅਕਾਲੀ ਭਾਜਪਾ ਜੇਕਰ ਗੱਠਜੋੜ ਬਣ ਜਾਂਦਾ ਤੇ ਉਹ ਹੋਰ ਮਜ਼ਬੂਤ ਹੋ ਜਾਂਦੇ ਆ ਤੇ ਉਹਨਾਂ ਲੀਡਰਾਂ ਦੇ ਟੱਕਰ ਦੇ ਵਿੱਚ ਹੁਣ ਇਹ ਕੋਈ ਵੱਡੇ ਲੀਡਰ ਚਾਹੀਦੇ ਹੁਣ ਪਹਿਲਾ ਵਾਲੀ ਗੱਲ ਤਾਂ ਨਹੀਂ ਵਿਧਾਨ ਸਭਾ ਵਾਲੀ ਗੱਲ ਨਹੀਂ ਰਹੀ ਹੈਗੀ ਵੀ ਜਿਹੜੇ ਮਰਜ਼ੀ ਨੂੰ ਥਾਪੀ ਦੋ ਤੇ ਵੱਡੇ ਲੀਡਰ ਦੇ ਖਿਲਾਫ ਕਹਣਾ ਕਰ ਦੋ ਤੇ ਜਿੱਤ ਹਾਸਲ ਕਰ ਸਕਦੇ ਆ ਹੁਣ ਹਾਲਾਤ ਕੁਝ ਵਿਗੜ ਚੁੱਕੇ ਨੇ ਵੱਡੀਆਂ ਚੁਣੌਤੀਆਂ ਖੜੀਆਂ ਹੋ ਗਈਆਂ ਵੱਡੀਆਂ ਹੁਣ ਵੱਡੀਆਂ ਚੁਣੌਤੀਆਂ ਨੇ ਕਿਉਂਕਿ ਵਿਰੋਧੀ ਧਿਰ ਵਾਸਤੇ ਕੋਈ ਜ਼ਿਆਦਾ ਚੁਣੌਤੀ ਨਹੀਂ ਹੁੰਦੀ ਹਮੇਸ਼ਾ ਜਿਹੜੀ ਸੱਤਾਧਾਰੀ ਪਾਰਟੀ ਹੁੰਦੀ ਹੈ ਉਸ ਦੇ ਵਾਸਤੇ ਬਹੁਤ ਵੱਡੀਆਂ ਚੁਣੌਤੀਆਂ ਹੁੰਦੀਆਂ ਉਹਦਾ ਕਾਰਨ ਇਹ ਹੀ ਹੈ ਕਿਉਂਕਿ ਜਦੋਂ ਸੱਤਾ ਦੇ ਵਿੱਚ ਕੋਈ ਵੀ ਪਾਰਟੀ ਆਉਂਦੀ ਹੈ ਤਾਂ ਉਸ ਨੇ ਬਹੁਤ ਸਾਰੇ ਵਾਦੇ ਕੀਤੇ ਹੁੰਦੇ ਆ ਉਹ ਵਾਦੇ ਵਾਦਿਆਂ ਦੇ ਆਧਾਰ ਦੇ ਉੱਤੇ ਜਿਵੇਂ ਹੁਣ ਆਮ ਆਦਮੀ ਪਾਰਟੀ ਨੇ 2022 ਦੀ ਚੋਣਾਂ ਦੇ ਵਿੱਚ ਬਹੁਤ ਵਾਅਦੇ ਵੀ ਕੀਤੇ ਤੇ ਨਾਲ ਨਾਲ ਲੋਕਾਂ ਨੂੰ ਕਿਹਾ ਕਿ ਅਸੀਂ ਬਦਲਾਅ ਲੈ ਕੇ ਆਵਾਂਗੇ ਪਰ ਜਦੋਂ ਤੁਸੀਂ ਹੁਣ ਸੋਸ਼ਲ ਮੀਡੀਆ ਦੇ ਉੱਤੇ ਜਾ ਕੇ ਦੇਖੋਗੇ ਫੇਸਬੁੱਕ ਦੇਖੋ ਤਾਂ ਸਹੀ ਉਹਦੇ ਵਿੱਚ ਕਿਸ ਤਰੀਕੇ ਦੇ ਨਾਲ ਰਿਐਕਸ਼ਨ ਹੋ ਰਿਹਾ ਲੋਕਾਂ ਦਾ ਜਿਹੜੇ ਜਿਹੜੇ ਬਿਆਨ ਇਹਨਾਂ ਲੀਡਰਾਂ ਨੇ ਦਿੱਤੇ ਦੂਜੀਆਂ ਪਾਰਟੀਆਂ ਦੇ ਖਿਲਾਫ ਉਹੀ ਬਿਆਨਾਂ ਦੇ ਉੱਤੇ ਜਿਹੜੀ ਹੈਗੀ ਆ ਹੁਣ ਅਮਲ ਕਰ ਰਹੀ ਹੈ ਇਹ ਜਿਹੜੀ ਆ ਆਮ ਆਦਮੀ ਪਾਰਟੀ ਹੈ ਮਤਲਬ ਬਿਲਕੁਲ ਉਸੇ ਤਰੀਕੇ ਦੇ ਨਾਲ ਚੱਲ ਰਹੀ ਹੈ ਜਿਹੜੀਆਂ ਰਵਾਇਤੀ ਪਾਰਟੀਆਂ ਚੱਲ ਰਹੀਆਂ ਸਿਕਿਉਰਿਟੀ ਦਾ ਮਾਮਲਾ ਹੈ ਚਿੱਟੇ ਦਾ ਮਾਮਲਾ ਹੈ ਕਾਨੂੰਨ ਤੇ ਵਿਵਸਥਾ ਦਾ ਮਾਮਲਾ ਹੈ ਸਾਰੇ ਜਿੰਨੀਆਂ ਵੀ ਤੁਸੀਂ ਗੱਲਾਂ ਦੇਖੋਗੇ ਉਹਦੇ ਵਿੱਚ ਆਮ ਆਦਮੀ ਪਾਰਟੀ ਉਹੀ ਉਸੇ ਤਰੀਕੇ ਨਾਲ ਸਿਸਟਮ ਉਹਦਾ ਉਸੇ ਤਰੀਕੇ ਨਾਲ ਚੱਲ ਰਿਹਾ ਹੈ ਇਹ ਹੀ ਵੱਡਾ ਜਿਹੜੇ ਹੈਗੇ ਚੁਣੌਤੀਆਂ ਜਿਹੜੀਆਂ ਆ ਰਹੀਆਂ ਨੇ ਇਹ ਹੀ ਵੱਡੀਆਂ ਚੁਣੌਤੀਆਂ ਲੋਕ ਸਭਾ ਚੋਣਾਂ ਦੇ ਜਿਸ ਕਰਕੇ ਉਮੀਦਵਾਰਾਂ ਦੇ ਵੱਡੀ ਦਿੱਕਤ ਆ ਰਹੀ ਹੈ ਠੀਕ ਹੈ ਜੇ ਹੁਣ ਤੁਸੀਂ ਭ੍ਰਿਸ਼ਟਾਚਾਰ ਦੀ ਗੱਲ ਕਰਦੇ ਹੋ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਬੇਸ਼ੱਕ ਇਹਨਾਂ ਨੇ ਕਾਂਗਰਸ ਦੇ ਜਿਹੜੇ ਪ੍ਰਿਸ਼ਟ ਲੀਡਰ ਸੀਗੇ ਚਾਹੇ ਸਾਬਕਾ ਵਜ਼ੀਰ ਸੀਗੇ ਉਹਨਾਂ ਦੇ ਖਿਲਾਫ ਕਾਰਵਾਈਆਂ ਕੀਤੀਆਂ ਪਰ ਜੇਕਰ ਤੁਸੀਂ ਦਫਤਰਾਂ ਦੇ ਵਿੱਚ ਜਾ ਕੇ ਦੇਖੋ ਤਾਂ ਉੱਥੇ ਉਸੇ ਤਰੀਕੇ ਨਾਲ ਪ੍ਰਸ਼ਟਾਚਾਰ ਰਿਹਾ ਹੈ ਬਲਕਿ ਉਸ ਦੀ ਜਿਹੜੀ ਹੈਗੀ ਹੈ ਮਤਲਬ ਰਕਮਾਂ ਵਧ ਗਈਆਂ ਨੇ ਤੇ ਖੈਰ ਚਲੋ ਆਪਾਂ ਜਿਹੜੀ ਚੁਣੌਤੀ ਅੱਜ ਦੀ ਹੈ ਉਹ ਸਭ ਤੋਂ ਵੱਡੀ ਚੁਣੌਤੀ ਇਹੀ ਹੈ ਕਿ ਖਾਸ ਤੌਰ ਤੇ ਜਿਹੜਾ ਹੈਗਾ ਗੁਰਦਾਸਪੁਰ ਫਿਰੋਜ਼ਪੁਰ ਅਨੰਦਪੁਰ ਸਾਹਿਬ ਤੇ ਲੁਧਿਆਣਾ ਦੇ ਵਿੱਚ ਕਿਹੜੇ-ਕਿਹੜੇ ਲੀਡਰ ਨੂੰ ਅੱਗੇ ਲੈ ਕੇ ਆਂਦਾ ਜਾਵੇ ਹੁਣ ਜੇਕਰ ਗੁਰਦਾਸਪੁਰ ਦੀ ਗੱਲ ਕਰਦੇ ਹਾਂ ਗਰਦਾਸਪੁਰ ਦੇ ਵਿੱਚ ਜਿਹੜੀ 6 ਵਿਧਾਨ ਸਭਾ ਨੇ ਉਹ ਕਾਂਗਰਸ ਦੀਆਂ ਨੇ ਬਾਕੀਆਂ ਜਿਹੜੀ ਹੈਗੇ ਆਮ ਆਦਮੀ ਪਾਰਟੀ ਦੇ ਨੇ ਤੇ ਇਸ ਗੱਲ ਕਰਕੇ ਉੱਥੇ ਬੜੀ ਵੱਡੀ ਚੁਣੌਤੀ ਹੈ ਕਿ ਉੱਥੇ 6 ਐਮਐਲਏ ਤਾਂ ਉਹਦੇ ਸਿੱਧੇ ਸਿੱਧੇ ਆਮ ਆਦਮੀ ਉਹਨਾਂ ਆਪਣਾ ਕਾਂਗਰਸ ਦੇ ਨੇ ਤੇ ਇਸ ਵਾਸਤੇ ਉਹਨਾਂ ਨੂੰ ਉੱਥੇ ਲੀਡਰ ਲੱਭਣਾ ਬਹੁਤ ਮੁਸ਼ਕਲ ਹੋਇਆ ਪਿਆ ਜਿਹੜੀ ਹੁਸ਼ਿਆਰਪੁਰ ਦੀ ਗੱਲ ਸੀਗੇ ਹੁਸ਼ਿਆਰਪੁਰ ਵੀ ਬਾਕੀ ਰਹਿਦਾ ਸੀਗਾ ਹੁਸ਼ਿਆਰਪੁਰ ਦੇ ਵਿੱਚ ਸੰਭਾਵੀ ਜਿਹੜਾ ਹੈਗਾ ਆਪਣਾ ਉਮੀਦਵਾਰ ਡਾਕਟਰ ਰਾਜਕੁਮਾਰ ਚੱਬੇਵਾਲ ਹੋ ਸਕਦਾ ਕਿਉਂਕਿ ਇਸੇ ਗੱਲ ਕਰਕੇ ਉਹਨਾਂ ਨੇ ਕਾਂਗਰਸ ਤੋਂ ਉਹਨਾਂ ਨੂੰ ਲੈ ਕੇ ਆਂਦਾ ਤੇ ਇਹ ਜਿਹੜੀ ਆਨੰਦਪੁਰ ਸਾਹਿਬ ਦੀ ਸੀਟ ਹੈ ਇੱਥੇ ਵੀ ਇਹਨਾਂ ਕੋਲ ਵੱਡਾ ਚਿਹਰਾ ਨਹੀਂ ਹੈਗਾ ਜਿਹੜੀ ਗੱਲਬਾਤ ਚੱਲ ਰਹੀ ਹੈ ਉਹ ਹੈਗੇ ਦੀਪਕ ਬਾਲੀ ਮਾਲਵਿੰਦਰ ਸਿੰਘ ਕੰਗ ਤੇ ਇਸ ਦੇ ਨਾਲ ਨਾਲ ਅੰਗਤ ਸੈਣੀ ਦੀ ਚੱਲ ਰਹੀ ਹੈ ਅੰਗਤ ਸੈਣੀ ਵੈਸੇ ਕਾਂਗਰਸ ਦੇ ਵਿੱਚ ਨੇ ਪਰ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਉਸ ਨੂੰ ਲੈ ਕੇ ਆਂਦਾ ਜਾਵੇ ਤੇ ਦੱਸ ਰਹੀ ਮੈਨੂੰ ਲੱਗਦਾ ਵੀ ਆਮ ਆਦਮੀ ਪਾਰਟੀ ਹੁਣ ਤਾਂ ਨਹੀਂ ਆਪਣੇ ਕਿਸੇ ਕੈਬਨਿਟ ਮੰਤਰੀ ਨੂੰ ਉਤਾਰੇਗੀ ਕਿਉਂਕਿ ਚਰਚਾ ਪਹਿਲਾਂ ਹੀ ਬਹੁਤ ਜ਼ਿਆਦਾ ਨੈਗੇਟਿਵ ਹੋ ਚੁੱਕੀ ਹੈ ਲੋਕਾਂ ਦੇ ਵਿੱਚ ਵੀ ਸਾਰੇ ਕੈਬਨਿਟ ਮੰਤਰੀ ਉਤਾਰਤੇ ਤੇ ਮੈਨੂੰ ਲੱਗਦਾ ਨਹੀਂ ਵੀ ਜਿਹੜੀਆਂ 5 ਸੀਟਾਂ ਰਹਿੰਦੀਆਂ ਉਹਨਾਂ ਤੋਂ ਲੈ ਕੇ ਆਣਗੇ ਕਿਤੇ ਨਾ ਕਿਤੇ ਹੁਣ ਜਿਹੜੀ ਫਿਰੋਜ਼ਪਤ ਦੀ ਗੱਲ ਹੈ ਫਿਰੋਜ਼ ਦੇ ਵਿੱਚ ਜਗਦੀਪ ਸਿੰਘ ਜਿਹੜੇ ਗੋਲਡੀਆ ਜਿਨ੍ਹਾਂ ਨੇ ਸੁਖੀਰ ਸਿੰਘ ਬਾਦਲ ਨੂੰ ਹਰਾਇਆ ਸੀਗਾ ਇਸੇ ਤਰੀਕੇ ਨਾਲ ਲੁਧਿਆਣਾ ਤੋਂ ਇੱਕ ਚਰਚਾ ਇਹ ਵੀ ਜੰਦੀ ਸੀਗੀ ਸੰਜੀਵ अरोੜਾ ਜਿਹੜੇ ਕਿ ਰਾਜ ਸਭਾ ਦੇ ਮੈਂਬਰ ਹੈ ਵੀ ਉਹਨਾਂ ਨੂੰ ਟਿਕਟ ਦਿੱਤੀ ਜਾ ਸੀ ਪਰ ਹੁਣ ਫਿਰ ਇਸ ਗੱਲ ਦੇ ਉੱਤੇ ਲੋਕਾਂ ਦੇ ਵਿੱਚ ਇਹ ਨਾ ਪਖੀ ਮੈਸੇਜ ਜਾਣਾ ਸੀਗਾ ਵੀ ਰਾਜ ਸਭਾ ਦੇ ਮੈਂਬਰ ਨੂੰ ਫਿਰ ਤੁਸੀਂ ਲੋਕ ਸਭਾ ਦੀ ਸੀਟ ਦੇ ਰਹੇ ਹੋ ਤੇ ਇਸ ਗੱਲ ਕਰਕੇ ਕਾਫੀ ਜਿਹੜੀ ਵੱਡੀਆਂ ਚੁਣੌਤੀਆਂ ਆਮ ਆਦਮੀ ਪਾਰਟੀ ਨੂੰ ਦਰਪੇਸ਼ ਨੇ ਤੇ ਇਸ ਸਮੇਂ ਫਿਰ ਬ੍ਰੇਕ ਦਾ ਸਮਾਂ ਹੋ ਰਿਹਾ ਤੇ ਨਾਲ-ਨਾਲ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਇਹ ਅਗਲਾ ਪ੍ਰੋਗਰਾਮ ਜਿਹੜਾ ਤੀਜਾ ਹਿੱਸਾ ਉਹ 10 ਵਜੇ ਦਿਖਾਇਆ ਜਾਊਗਾ ਜਿਹੜੇ ਜਿਹੜੇ ਦਰਸ਼ਕ ਇਸ ਸਮੇਂ ਫੇਸਬੁੱਕ ਜਾਂ YouTube ਦੇ ਉੱਤੇ ਜੁੜੇ ਹੋਣੇ ਇਸ ਪ੍ਰੋਗਰਾਮ ਨੂੰ ਲਗਾਤਾਰ ਦੇਖ ਸਕਦੇ ਨੇ ਦਰਸ਼ਕੋ ਆਪਾਂ ਗੱਲ ਕਰ ਰਹੇ ਸੀਗੇ ਰਾਜਨੀਤੀ ਦੀ ਲੋਕ ਸਭਾ ਚੋਣਾਂ ਦੀ ਚੁਣੌਤੀਆਂ ਦੀ ਸੋ ਰਾਜਨੀਤੀ ਦੀ ਆਪਾਂ ਗੱਲ ਕਰੀਏ ਤਾਂ ਰਾਜਨੀਤੀ ਦੇ ਵਿੱਚ ਸਿਆਸੀ ਲੀਡਰਾਂ ਦੇ ਨਾਲ ਨਾਲ ਜਿਹੜੀ ਬਿਊਰੋਕ੍ਰੇਸੀ ਆ ਉਹਦੀ ਵੀ ਐਂਟਰੀ ਹੈ ਐਂਟਰੀ ਅੱਜ ਤੋਂ ਨਹੀਂ ਬੜੀ ਧੀਰ ਤੋਂ ਐਂਟਰੀ ਹੈ ਸੋ ਇਹੀ ਜਿਹੜੀ ਨੌਕਰਸ਼ਾਹੀ ਹੈ ਜਿਹੜੀ ਅਫਸਰਸ਼ਾਹੀ ਹੈ ਸੋ ਇਹਨੂੰ ਲੋਕ ਕਿਤੇ ਨਾ ਕਿਤੇ ਵੋਟ ਪਾਉਣ ਲਈ ਪਸੰਦ ਕਰਦੇ ਨੇ ਉਹ ਵੀ ਤਾਂ ਜੇ ਉਹਨਾਂ ਨੇ ਕੋਈ ਵਧੀਆ ਕੰਮ ਕੀਤਾ ਹੋਵੇ ਜਦੋਂ ਉੱਥੇ ਉਹ ਐਜ਼ ਏ ਅਫਸਰ ਕੰਮ ਕਰਦੇ ਨੇ ਤਾਂ ਕਿਤੇ ਨਾ ਕਿਤੇ ਅਗਰ ਵਧੀਆ ਕੰਮ ਕੀਤਾ ਇਲਾਕੇ ਦੇ ਵਿੱਚ ਕੋਈ ਵਧੀਆ ਨਾਮ ਹੋਏਗਾ ਨਾਮ ਕਮਾਇਆ ਹੋਏਗਾ ਤਾਂ ਵੋਟ ਲੋਕ ਜਿਹੜੇ ਹੈਗੇ ਨੇ ਜ਼ਰੂਰ ਪਾਉਂਦੇ ਨੇ ਦਰਸ਼ਕ ਜੀ ਕੀ ਲੱਗਦਾ ਹੈ ਕਿ ਕਦੋਂ ਤੋਂ ਜਿਹੜੀ ਅਫਸਰਸ਼ਾਹੀ ਹੈ ਚੱਲ ਰਹੀ ਹੈ ਹੁਣ ਤੱਕ ਕਿੰਨੇ ਕ ਅਫਸਰ ਨੇ ਜਿਹੜੇ ਵੱਡੇ ਅਫਸਰ ਆਈਐਸ ਆਈਪੀਐਸ ਤੇ ਉਹ ਵੋਟਾਂ ਦੇ ਵਿੱਚ ਸக்ஸੈਸ ਹੋ ਸਕੇ ਨੇ ਦੇਖੋ ਗੱਲ ਇਹ ਹੈ ਕਿ ਕੋਈ ਵੀ ਸਿਆਸੀ ਪਾਰਟੀ ਹੋਵੇ ਜਦੋਂ ਵੀ ਕੋਈ ਆਈਐਸ ਆਈਪੀਐਸ ਇੰਡੀਅਨ ਫੋਰਮ ਸਰਵਿਸਿਜ਼ ਇਹਨਾਂ ਤੋਂ ਜਦੋਂ ਉਹ ਰਿਟਾਇਰ ਹੁੰਦੇ ਨੇ ਅਕਸਰ ਹੀ ਉਹਨਾਂ ਨੂੰ ਆਪਾਂ ਉਹ ਸਤ ਆਪਣਾ ਰਾਜਨੀਤੀ ਵਿੱਚ ਲੈ ਆਉਂਦੀਆਂ ਨੇ ਸਿਆਸੀ ਪਾਰਟੀਆਂ ਜਿਵੇਂ ਸਿਆਸੀ ਪਾਰਟੀਆਂ ਨੂੰ ਇਹ ਵੀ ਹੁੰਦਾ ਕਿ ਕੋਈ ਫਿਲਮੀ ਚਿਹਰਾ ਵੀ ਆ ਜਵੇ ਤੇ ਕਿਉਂਕਿ ਉਹ ਪਪੂਲਰ ਚਿਹਰੇ ਹੁੰਦੇ ਨੇ ਆ ਇਹ ਅਫਸਰ ਸ਼ਾਹੀ ਦੀ ਜਿਹੜੀ ਇਹ ਦੌੜ ਹੈ ਇਹ ਲਗਾਤਾਰ ਚਲਦੀ ਜਾ ਰਹੀ ਹੈ ਹੁਣ ਇਸ ਗੱਲ ਕਰਕੇ ਚਰਚਾ ਤੇ ਵਿੱਚ ਹੈ ਕਿ ਅਮਰੀਕਾ ਦੇ ਵਿੱਚ ਭਾਰਤੀ ਰਾਜਦੂਤ ਸੀਗੇ ਤਰਨਜੀਤ ਸਿੰਘ ਸੰਧੂ ਪੰਜਾਬ ਨਾਲ ਸੰਬੰਧਿਤ ਨੇ ਇੰਡੀਅਨ ਫੋਰਨ ਸਰਵਿਸਿਜ਼ ਦੇ ਵਿੱਚ ਲੰਮੇ ਸਮੇਂ ਦਾ ਤਜਰਬਾ ਹੈਗਾ ਤੇ ਉਹਨਾਂ ਨੂੰ ਵੀ ਰਾਜਨੀਤੀ ਦੇ ਵਿੱਚ ਲਿਆਂਦਾ ਜਾ ਰਿਹਾ ਹੈ ਤੇ ਉਹ ਪਿਛਲੇ ਦਿਨੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਏ ਤੇ ਕਾਫੀ ਅਸਰ ਸੁਖ ਵਾਲਾ ਹੈ ਪਰਿਵਾਰ ਹੈ ਇਸ ਤੋਂ ਪਹਿਲਾਂ ਉਹਨਾਂ ਨੇ ਉਹਦੀ ਅਮਰਸਰ ਦੀ ਗੱਲ ਕੀਤੀ ਹੈ ਜਦੋਂ ਉਹ ਸ਼ਾਮਲ ਹੋਏ ਮੈਂ ਦੇਖ ਰਿਹਾ ਸੀਗਾ ਲਾਈਵ ਜਦੋਂ ਉਹ ਸ਼ਾਮਲ ਹੋਏ ਤਾਂ ਉਹਨਾਂ ਨੇ ਆਉਂਦੇ ਅਮਰਸਰ ਦੀ ਗੱਲ ਕੀਤੀ ਸਭ ਤੋਂ ਪਹਿਲਾਂ ਗੱਦੇ ਹੈ ਕਿ ਉਹ ਪਰਿਵਾਰ ਹੀ ਅਮਰਸਰ ਦੇ ਨਾਲ ਸੰਬੰਧਿਤ ਹੈ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਤੇਜਾ ਸਿੰਘ ਸਮੁੰਦਰੀ ਹਾਲ ਹੈ ਉਹ ਵੀ ਇਹਨਾਂ ਦੇ ਮਤਲਬ ਉਹਨੇ ਪੋਤੇ ਗਿਆ ਜਰ ਤੇ ਜਿਵੇਂ ਸਮੁੰਦਰੀ ਦੇ ਪੋਤੇ ਨੇ ਸਿੰਘ ਸੰਦੂ हां ਇਸ ਗੱਲ ਕਰਕੇ ਇਹਨਾਂ ਦਾ ਇਸ ਪਰਿਵਾਰ ਦਾ ਵੀ ਵੱਡਾ ਪਛੋਕੜ ਹੈ ਤੇ ਇਹਦੇ ਨਾਲ ਨਾਲ ਫਿਰ ਜੇ ਭਾਰਤੀ ਜਨਤਾ ਪਾਰਟੀ ਦੀ ਆਪਾਂ ਗੱਲ ਕਰਦੇ ਆਂ ਤੁਹਾਨੂੰ ਪਤਾ ਹੈ ਕੇ ਸੋਮ ਪ੍ਰਕਾਸ਼ ਆਈਏਐਸ ਦੋ ਵਾਰ ਵਿਧਾਇਕ ਵੀ ਰਹੇ ਨੇ ਤੇ ਉਸ ਤੋਂ ਬਾਅਦ ਹੁਣ ਇਹ ਕੇਂਦਰ ਦੇ ਵਿੱਚ ਮੰਤਰੀ ਨੇ ਇਸੇ ਤਰੀਕੇ ਨਾਲ ਐਚ ਆਰ ਲੱਧੜ ਉਹ ਵੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਉਹ ਵੀ ਆਈਏਐਸ ਅਧਿਕਾਰੀ ਰਹੇ ਨੇ ਇਸੇ ਤਰੀਕੇ ਨਾਲ ਤਾਮਿਲਨਾਡੂ ਦੇ ਚੀਫ ਸਕੱਟਰੀ ਰਹੇ ਨੇ ਮਨਮੂਨ ਸਿੰਘ ਰਾਜੂ ਉਹਨਾਂ ਨੂੰ ਪਿਛਲੇ ਦਿਨੀ ਜਿਹੜੇ ਪਿਛਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀਆਂ ਉਹਨਾਂ ਨੂੰ ਐਂਟਰ ਕਰਾਇਆ ਸੀਗਾ ਤੇ ਉਹ ਤੁਹਾਨੂੰ ਪਤਾ ਹੀ ਹੈ ਕਿ ਖਾਸ ਕਰਕੇ ਜਦੋਂ ਅ ਅਥੇ ਅੰਮ੍ਰਿਤਸਰ ਤੋਂ ਜਨਰਲ ਸੀਟ ਤੋਂ ਉਹਨਾਂ ਨੂੰ ਖੜਾਇਆ ਗਿਆ ਸੀ ਜਦਕਿ ਉਹ ਰਿਜ਼ਰਵ ਸੀਗੇ ਤੇ ਇਸੇ ਤਰੀਕੇ ਦੇ ਨਾਲ ਜੇ ਆਪਾਂ ਕਾਂਗਰਸ ਦੀ ਗੱਲ ਕਰਦੇ ਹਾਂ ਕਾਂਗਰਸ ਦੇ ਵਿੱਚ 2017 ਵਿੱਚ ਫਤੇਹਕਟ ਸਾਹਿਬ ਤੋਂ ਡਾਕਟਰ ਅਮਰ ਸਿੰਘ ਨੂੰ ਖੜਾਇਆ ਸੀਗਾ ਤੇ ਕੁਲਦੀਪ ਸਿੰਘ ਬਾਦ ਬਲਵਿੰਦਰ ਸਿੰਘ ਮਬਰਿੰਦ ਸਿੰਘ ਨੂੰ ਜਿਹੜਾ ਹੈ ਫਗਵਾੜਾ ਤੋਂ 2019 ਦੀ ਜਿਹੜੀ ਉਪਚੋਣ ਸੀਗੀ ਤੇ 2022 ਦੀ ਜਿਹੜੀ ਦੋਨੇ ਚੋਣਾਂ ਸੀਗੀਆਂ ਉਹ ਜਿੱਤੇ ਸੀਗੇ ਇਸੇ ਤਰੀਕੇ ਦੇ ਨਾਲ ਅਕਾਲੀ ਲਾਲ ਅਕਾਲੀ ਦਲ ਦੇ ਵਿੱਚ ਜਿਵੇਂ ਅਫਸਰ ਸ਼ਹੀਦੀ ਦੀ ਗੱਲ ਕਰਦੇ ਆ ਜਸਟਿਸ ਨਿਰਮਲ ਸਿੰਘ ਤੇ ਆਈਐਸ ਜਿਹੜੇ ਹੈਗੇ ਐਸ ਆਰ ਕਲੇਰ ਤੇ ਇਹਦੇ ਨਾਲ ਪਰਮਦੀਪ ਸਿੰਘ ਗਿੱਲ ਆਈਪੀਐਸ ਅਧਿਕਾਰੀ ਸੀਗੇ ਤੇ ਆਈਐਸ ਕੈਪਟਨ ਤਿਜਿੰਦਰ ਸਿੰਘ ਉਹਨਾਂ ਨੂੰ ਵੀ ਇਹਨਾਂ ਨੇ ਮੁਹਾਲੀ ਤੋਂ ਦਿੱਤੀ ਸੀਗੀ ਤੇ ਇੱਕ ਬੜਾ ਵੱਡਾ ਚਿਹਰਾ ਸੀਗਾ ਜਿਹੜੇ ਹੁਣ ਵੀ ਹੈਗੇ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਕਾਫੀ ਨੇੜੇ ਸੀਗੇ ਦਰਬਾਰਾ ਸਿੰਘ ਗਰੂ ਤੇ ਇਸੇ ਤਰੀਕੇ ਦੇ ਜਿਹੜੀ ਆਮ ਆਦਮੀ ਪਾਰਟੀ ਆ ਜਿਹੜੀ ਸਾਡੀ ਇਸ ਸਮੇਂ ਸੱਤਾਧਾਰੀ ਪਾਰਟੀ ਹੈ ਉਸ ਨੇ ਵੀ ਜਿਹੜਾ ਹੈਗਾ ਟਿਕਟ ਦਿੱਤਾ ਖਾਸ ਤੌਰ ਤੇ ਆਈਪੀਐਸ ਅਧਿਕਾਰੀ ਕਮਰ ਬੀਜੇ ਪ੍ਰਤਾਪ ਸਿੰਘ ਨੂੰ ਉਹਨਾਂ ਨੇ ਵਾਅਦੇ ਵੀ ਬਹੁਤ ਕੀਤੇ ਕਿ ਜਿਹੜਾ ਬਰਗਾੜੀ ਕਾਂਡ ਹੈ ਜਾਂ ਬੇਅਦਬੀ ਦਾ ਮਾਮਲਾ ਅਸੀਂ ਇਨਸਾਫ ਦਵਾਵਾਂਗੇ ਅੱਜਕੱਲ ਬੜੇ ਖਫਾ ਨੇ ਆਪਣੀ ਹੀ ਪਾਰਟੀ ਤੋਂ ਬੜੇ ਖਫਾ ਨੇ ਉਹ ਲਾਈਵ ਬੜਾ ਹੁੰਦੇ ਰਹਿੰਦੇ ਨੇ ਜੋ ਲਾਈਵ ਹੁੰਦੇ ਨੇ ਚਰਚਾ ਵਾਲੀ ਹੁੰਦੀ ਹੈ ਦਰਸ਼ਕ ਜੀ ਉਹਨਾਂ ਦੀ ਹਾਂ ਇਹ ਗੱਲ ਇਹ ਹੈ ਕਿ ਉਹ ਚਰਚਾ ਉਹ ਇਸ ਗੱਲ ਕਰਕੇ ਵੀ ਜ਼ਿਆਦਾ ਹੁੰਦੀ ਹੈ ਕਿ ਜਦੋਂ ਕਿਸੇ ਕੈਂਡੀਡੇਟ ਦਾ ਨਹੀਂ ਮੰਗਦੇ ਹੋ ਸਕਦਾ ਉਹਦੇ ਵਿੱਚ ਇੱਕ ਗੱਲ ਇਹ ਵੀ ਹੁੰਦੀ ਹੈ ਕਿ ਜਿਹੜਾ ਬੰਦਾ ਸੱਤਾ ਦੇ ਵਿੱਚ ਹੁੰਦਾ ਹੈ ਸੱਤਾ ਦੇ ਵਿੱਚ ਜਿਹੜੀ ਪਾਰਟੀ ਹੁੰਦੀ ਹੈ ਜੇਕਰ ਉਸ ਦਾ ਹੀ ਕੋਈ ਮੈਂਬਰ ਆਪਣੀ ਪਾਰਟੀ ਦੇ ਖਿਲਾਫ ਬੋਲਦਾ ਤਾਂ ਉਹਦੀ ਚਰਚਾ ਹੁੰਦੀ ਜਾਂਦੀ ਹੈ ਤੁਹਾਨੂੰ ਪਤਾ ਜਗਮੀਤ ਸਿੰਘ ਬਰਾੜ ਖਾਸ ਕਰਕੇ ਸੱਤਾ ਤੇ ਰਹੇ ਹਾਂ ਜਦੋਂ ਜਗਮੀਤ ਸਿੰਘ ਬਰਾੜ ਹੈ ਮੈਂਬਰ ਪਾਰਲੀਮੈਂਟ ਸੀਗੇ ਤੇ ਉਹ ਕਾਂਗਰਸ ਜੋ ਜਿੱਤੇ ਸੀਗੇ ਉਹਨਾਂ ਨੇ ਖਾਸ ਤਰ੍ਹਾਂ ਤੇ ਪਾਰਲੀਮੈਂਟ ਦੇ ਵਿੱਚ ਆਪਣੀ ਹੀ ਪਾਰਟੀ ਦੇ ਖਿਲਾਫ 1984 ਦੇ ਕਤਲੇਆਮ ਦੇ ਖਿਲਾਫ ਆਵਾਜ਼ ਉਠਾਈ ਸੀ ਜਦੋਂ ਨਵਜੋਤ ਸਿੰਘ ਸਿੱਧੂ ਬੋਲਦੇ ਰਹੇ ਆ ਹਾਂ ਤੇ ਇਸ ਗੱਲ ਕਰਕੇ ਇਹ ਜਿਹੜੀ ਚਰਚਾ ਹੁੰਦੀ ਹੁੰਦੀ ਹੈ ਇਸੇ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਅਫਸਰਸ਼ਾਹ ਦੀ ਗੱਲ ਕਰਦੇ ਆ ਈਟੀਓ ਹਰਪ੍ਰੀਤ ਸਿੰਘ ਨੇ ਕੇਂਦਰੀ ਮੰਤਰੀ ਨਾਲ ਆਪਣਾ ਕੈਬਨਿਟ ਮੰਤਰੀ ਨੇ ਇਸੇ ਤਰੀਕੇ ਨਾਲ ਆਈਪੀਐਸ ਪੀਪੀਐਸ ਬਲਕਾਰ ਸਿੰਘ ਉਹ ਵੀ ਕੈਬਨਿਟ ਮੰਤਰੀ ਨੇ ਤੇ ਇਸ ਗੱਲ ਕਰਕੇ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਅਫਸਰ ਸ਼ਾਹਾਂ ਦਾ ਵੈਲਕਮ ਵੀ ਕਰਦੇ ਨੇ ਅਫਸਰ ਸ਼ਾਹਾਂ ਨੂੰ ਵੀ ਕਈ ਵਾਰ ਅਜਿਹਾ ਲੱਗਣ ਲੱਗ ਜਾਂਦਾ ਹੈ ਵੀ ਕਿਉਂ ਨਾ ਹੁਣ ਦੂਜੀ ਪਾਰੀ ਜਿਹੜੀ ਕਿ ਸਿਆਸਤ ਦੇ ਵਿੱਚ ਖੇਢੀ ਜਾਵੇ ਬਾਕੀ ਜਿਵੇਂ ਹੁਣ ਹਰਦੀਪ ਸਿੰਘ ਪੂਰੀ ਸੀਗਾ ਅੰਮ੍ਰਿਤਸਰ ਤੋਂ ਚੋਣ ਲੜੇ ਸੀਗੇ ਉਹ ਵੀ ਵੱਡੇ ਲੀਡਰ ਨੇ ਇਸੇ ਤਰੀਕੇ ਨਾਲ ਇਹ ਚੱਲਦਾ ਰਹਿੰਦਾ ਹੈ ਓਕੇ ਤਾਂ ਦਰਸ਼ਕ ਜੀ ਆਪਾਂ ਹੁਣ ਗੱਲ ਕਰ ਰਹੇ ਸੀਗੇ ਪਹਿਲਾਂ ਲੋਕ ਸਭਾ ਚੋਣਾਂ ਬਾਰੇ ਸਿਆਸੀ ਚੁਣੌਤੀਆਂ ਦੀ ਹੁਣ ਗੱਲ ਆ ਕਿ ਕਿ ਨਾ ਪੰਜਾਬ ਦੇ ਵਿੱਚ ਹੀ ਨਹੀਂ ਪੂਰੇ ਦੇਸ਼ ਦੇ ਵਿੱਚ ਇੱਕ ਬੜੀ ਵੱਡੀਆਂ ਘਟਨਾਵਾਂ ਵਾਪਰਦੀਆਂ ਨੇ ਕਈ ਵਾਰੀ ਜਿਵੇਂ ਕੱਲ ਘਟਨਾ ਵਾਪਰੀ ਕਿ ਜ਼ਹਿਰੀਲੀ ਸ਼ਰਾਬ ਨੂੰ ਲੈ ਕੇ ਕਿ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਚਾਰ ਮੌਤਾਂ ਹੋ ਗਈਆਂ ਮੌਤਾਂ ਦਾ ਵੈਸੇ ਉਸ ਪਿੰਡ ਵਿੱਚ ਪੰਜ ਹੋਈਆਂ ਕੱਲ ਲਈ ਕੁ ਦਿਨਾਂ ਚ ਕਿਉਂਕਿ ਜਿਹੜੀ ਇੱਕ ਮੌਤ ਆ ਉਹ ਉਹਨਾਂ ਦੇ ਜਿਹੜੇ ਜੁੜਵਾ ਭਰਾ ਸੀਗੇ ਜਦੋਂ ਉਹਨਾਂ ਦੀ ਮੌਤ ਹੋਈ ਸ਼ਰਾਬ ਪੀਣ ਨਾਲ ਜ਼ਹਿਰੀਲੀ ਤਾਂ ਉਹਦੇ ਸਦਮੇ ਵਿੱਚ ਉਹਦੀ ਮੌਤ ਹੋ ਗਈ ਮੌਤਾਂ ਪੰਜ ਹੋਈਆਂ ਪਰ ਇੱਕੋ ਪਿੰਡ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਚਾਰ ਮੌਤਾਂ ਹੋ ਜਾਣੀਆਂ ਕਿੰਨਾ ਵੱਡਾ ਦੇਖੋ ਝਟਕਾ ਲੱਗਿਆ ਕਿ ਪਰਿਵਾਰਾਂ ਨੂੰ ਪਿੰਡ ਦੇ ਵਿੱਚ ਜਿਹਾ ਪਕ ਜੀ ਇੱਕ ਸਿਆਸੀ ਜਿਹੜੀ ਹੈਗੀ ਆ ਉਹ ਵੀ ਇੱਕ ਵੱਡੀ ਚੁਣੌਤੀ ਹੈ ਕਿ ਪੰਜਾਬ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਜਿਹੜੀਆਂ ਮੌਤਾਂ ਹੋ ਜਾਣੀਆਂ ਦੇਖੋ ਗੱਲ ਆਪਾਂ ਇਸ ਨੂੰ ਸਿਆਸਤ ਨਾਲ ਨਾ ਜੋੜੀਏ ਪਰ ਇਹ ਇਸ ਨੂੰ ਸਿਸਟਮ ਨਾਲ ਤਾਂ ਜੋੜਿਆ ਹੀ ਜਾਇਆ ਸਦਾ ਕਿਉਂਕਿ ਜਦੋਂ ਇਸ ਤਰ੍ਹਾਂ ਦੀ ਜ਼ਹਿਰੀਲੀ ਸ਼ਰਾਬ ਦੇ ਨਾਲ ਮੌਤਾਂ ਹੁੰਦੀਆਂ ਨੇ ਇਸ ਸਬੰਧ ਵਿੱਚ ਚਾਹੇ ਉਹ ਕਾਂਗਰਸ ਹੋਵੇ ਚਾਹੇ ਅਕਾਲੀ ਦਲ ਹੋਵੇ ਇਹਨਾਂ ਦੇ ਕਾਰਜਕਾਲ ਦੌਰਾਨ ਵੀ ਇਹ ਮੌਤਾਂ ਹੁੰਦੀਆਂ ਰਹੀਆਂ ਨੇ ਮੈਂ ਗੱਲ ਇਸ ਗੱਲ ਕਰਕੇ ਸਿਸਟਮ ਨਾਲ ਜੋੜ ਕੇ ਕਰ ਰਿਹਾ ਹਾਂ ਕਿਉਂਕਿ ਜਦੋਂ ਪੁਲਿਸ ਦੀ ਮਿਲੀਭੁਗਤ ਹੁੰਦੀ ਹੈ ਜਿਹੜੇ ਇਹ ਤਸਕਰ ਹੁੰਦੇ ਨੇ ਇਹ ਜਿਹੜਾ ਹੈਗਾ ਪੁਲਿਸ ਦੀ मुट्ठी ਗਰਮ ਕਰਦੇ ਰਹਿੰਦੇ ਨੇ ਉੱਚ ਅਧਿਕਾਰੀਆਂ ਨੂੰ ਪੈਸੇ ਦਿੰਦੇ ਰਹਿੰਦੇ ਨੇ ਤੇ ਇਸ ਗੱਲ ਕਰਕੇ ਅਜਿਹੀ ਗਲਤ ਧੰਦੇ ਚੱਲਦੇ ਵੀ ਰਹਿੰਦੇ ਨੇ ਹੋਰ ਤਾਂ ਹੋਰ ਜਦੋਂ ਕੋਵਿਡ ਸੀਗਾ ਕੋਵਿਡ ਦੇ ਦੌਰਾਨ ਵੀ ਜਿਹੜਾ ਹੈਗਾ ਇਸੇ ਤਰੀਕੇ ਨਾਲ ਤੁਹਾਨੂੰ ਪਤਾ ਹੀ ਹੈ ਮੌਤਾਂ ਹੋਈਆਂ 2020 ਦੇ ਵਿੱਚ ਜੇ ਆਪਾਂ 131 ਮੌਤਾਂ ਹੋਈਆਂ ਸੀ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਦੇ ਵਿੱਚ ਕਰਨ ਤਰਨ ਗੁਰਦਾਸਪੁਰ ਤੇ ਅੰਮ੍ਰਿਤਸਰ ਦੇ ਵਿੱਚ 131 ਮੌਤਾਂ ਵੱਡੀ ਗੱਲ ਸੀ ਉਹ ਵੀ ਇੱਕ 2020 ਦੇ ਵਿੱਚ ਤੇ ਹੁਣ ਭਾਵੇਂ ਤੁਹਾਨੂੰ ਮੈਂ ਉਹੀ ਗੱਲ ਕਰ ਰਿਹਾ ਕਾਂਗਰਸ ਆਲੋਚਨਾ ਕਰ ਰਹੀ ਆ ਆਮ ਆਦਮੀ ਪਾਰਟੀ ਦੀ ਅਕਾਲੀ ਦਲ ਆਲੋਚਨਾ ਕਰ ਰਿਹਾ ਆ ਆਮ ਆਦਮੀ ਪਾਰਟੀ ਦੀ ਤੇ ਉਹਦੇ ਵਿੱਚ ਗੱਲ ਇਹ ਹੈ ਕਿ ਉਹਨਾਂ ਦੇ ਕਾਰਜਕਾਲ ਦੇ ਵਿੱਚ ਜਿਵੇਂ ਤੁਸੀਂ ਦੱਸੀਆ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਦੇ ਵਿੱਚ ਇਹ 131 ਮੌਤਾਂ ਹੋਈਆਂ ਨੇ ਇਸੇ ਤਰੀਕੇ ਨਾਲ ਜਦੋਂ ਬਾਦਲ ਸਰਕਾਰ ਸੀਗੀ ਤੇ ਬਾਦਲ ਸਰਕਾਰ ਦੇ ਕਾਰਜਕਾਲ ਦੇ ਵਿੱਚ 210 ਚ ਦਸੂਹਾੜ ਦੇ ਵਿੱਚ 16 ਮੌਤਾਂ ਹੋਈਆਂ ਤੇ 212 ਦੇ ਵਿੱਚ ਗੁਰਦਾਸਪੁਰ ਦੇ ਵਿੱਚ 18 ਮੌਤਾਂ ਹੋਈਆਂ ਤੇ ਇਹ ਇੱਕ ਜਿਹੜਾ ਚੱਲਦਾ ਹੀ ਰਹਿੰਦਾ ਮਤਲਬ ਪਰ ਇਹ ਨਹੀਂ ਚੱਲਣਾ ਚਾਹੀਦਾ ਤੇ ਇਹਦੇ ਨਾਲ ਖਾਸ ਤੌਰ ਤੇ ਜਦੋਂ ਜ਼ਹਿਰੀਲੀ ਸ਼ਰਾਬ ਦੇ ਨਾਲ ਜਿਹੜੀ ਮੌਤਾਂ ਹੁੰਦੀਆਂ ਨੇ ਉਹ ਜਿਹੜਾ ਗਰੀਬ ਜਿਹੜੇ ਮਜ਼ਦੂਰ ਨੇ ਉਹਨਾਂ ਨੂੰ ਸਸਤੀ ਮਿਲ ਜਾਂਦੀ ਹੈ ਸਸਤੀ ਦੇ ਚੱਕਰ ਦੇ ਵਿੱਚ ਜਿਹੜਾ ਹੈਗਾ ਇਹ ਵੱਡੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਜੇ ਇਹ ਵੱਡੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਤੇ ਉਹਦੇ ਨਾਲ ਦੱਸੋ ਵੀ ਜਦੋਂ ਘਰ ਦਾ ਵੱਡਾ ਜੀ ਜਿਹੜਾ 500 ਰੁਪਏ ਜਿਹੜਾ ਹੈਗਾ ਮਜ਼ਦੂਰੀ ਕਰਦਾ ਤੇ ਉਹ ਸ਼ਰਾਬ ਪੀ ਕੇ ਮਰ ਜਾਂਦਾ ਸਾਰਾ ਜਿਹੜੇ ਪਰਿਵਾਰ ਦੇ 5-6 ਜੀ ਹੁੰਦੇ ਨੇ ਬੜਿਆ ਉਹਨਾਂ ਲਈ ਔਖਾ ਹੋ ਜਾਂਦਾ ਤੇ ਇਹਦੇ ਨਾਲ ਮੈਂ ਤੁਹਾਨੂੰ ਇਹ ਵੀ ਦੱਸ ਦਾਂ ਕਿ ਨਵੰਬਰ 2023 ਦੇ ਵਿੱਚ ਹਰਿਆਣਾ ਦੇ ਵਿੱਚ ਇਸ ਤਿੱਕੇ ਨਾਲ ਜ਼ਹਿਰੀਲੀ ਸ਼ਰਾਬ ਦੇ ਨਾਲ ਤਕਰੀਬਨ 18 ਮੌਤਾਂ ਹੋਈਆਂ ਸੀਗੀਆਂ ਤੇ ਬਿਹਾਰ ਜਿਹੜਾ ਕਿ ਜਿੱਥੇ ਉਹਨਾਂ ਨੇ ਨਸ਼ਾ ਬੰਦੀ ਕੀਤੀ ہوئی ਹੈ दारू ਨਹੀਂ ਵਿਕਦੀ ਹੈਗੀ ਉੱਥੇ ਵੀ ਮੌਤਾਂ ਹੋਈ ਜਾਂਦੀਆਂ ਨੇ ਤੇ ਇਹ ਜਿਹੜਾ ਸਿਸਟਮ ਹੈ ਇਹ ਸਿਸਟਮ ਨੂੰ ਸੰਭਾਲਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਅਸੀਂ ਜੇ ਭਾਈ ਵੀ ਦੇਖਦੇ ਆ ਕਿ ਜਿਹੜੇ ਇਹ ਜ਼ਹਿਰੀਲੀਆਂ ਸ਼ਰਾਬਾਂ ਜਾਂ ਜਿਹੜੇ ਵੇਚਦੇ ਨੇ ਜਾਂ ਜਿਹੜੇ ਇਹਦੇ ਸਰਗਨਾ ਹੁੰਦੇ ਨੇ ਵੱਡੇ ਦੇਖੋ ਪਰਚਾ ਦਰਜ ਹੋ ਜਾਂਦਾ ਪੁਲਿਸੇ ਮੋਂ ਕੱਲ ਹੀ ਐ 302 ਦਾ ਪਰਚਾ ਦਰਜ ਹੋ ਗਿਆ। ਦੋ ਤਿੰਨ ਬੰਦੇ ਗ੍ਰਿਫਤਾਰ ਵੀ ਕਰਲੇ ਪੁਲਿਸ ਨੇ। ਤਾਂ ਜਿਹੜੀਆਂ ਉਹ 131 ਮੌਤਾਂ ਹੋਈਆਂ ਸੀਗੀਆਂ ਜਿਹੜੇ ਉਹਦੇ ਸਰਗਨਾ ਸੀ ਉਹ ਅੱਜ ਵੀ ਜੇਲ੍ਹ ਤੋਂ ਬਾਹਰ ਹੈ। ਦੇਖੋ ਨਹੀਂ ਔਰ ਦੂਜੀ ਗੱਲ ਜਿਹੜੇ ਉਸ ਟਾਈਮ ਦੇ ਵਿੱਚ ਅੱਧੀ ਦਰਜਨ ਤੋਂ ਵੱਧ ਜਿਹੜੇ ਅਧਿਕਾਰੀ ਨੇ ਉਹਦੇ ਵਿੱਚ ਡੀਐਸਪੀ ਸੀ ਇਨਸਪੈਕਟਰ ਵੀ ਸੀਗੇ ਐਸਐਚਓ ਵੀ ਸੀਗੇ ਤੇ ਜਿਹੜਾ ਸੰਬੰਧਿਤ ਡਿਪਾਰਟਮੈਂਟ ਹੁੰਦਾ ਜਿਹੜਾ ਉਹਦੇ ਜਿਹੜੇ ਅਧਿਕਾਰੀ ਉਹ ਵੀ ਸਸਪੈਂਡ ਹੋਏ ਪਰ ਅੱਜ ਉਹ ਵੀ ਸਾਰੇ ਬਹਾਲ ਹੋ ਗਏ ਤੇ ਜਿਹੜਾ ਮੇਨ ਸਰਕਲ ਉਹ ਵੀ ਬਾਹਰ ਹੈ ਉਹਦੇ ਵਿੱਚ ਮੰਨਤ ਹੋ ਗਈ ਦੇਖੋ ਗੱਲ ਇਹ ਉਹੀ ਮੈਂ ਤੁਹਾਨੂੰ ਗੱਲ ਕਰਦਾ ਨਾ ਵੀ ਜਿਹੜਾ ਸਾਡਾ ਸਿਸਟਮ ਹੈ ਜੇਕਰ ਜਿਹ ਹੈ ਜਿਹੜੇ ਲੋਕ ਨੇ ਖਾਸ ਤੌਰ ਤੇ ਜਦੋਂ ਹੁਣ ਜਿਹੜੇ ਤਸਕਰ ਨੇ ਜਾਂ ਇਹ ਜਿਹੇ ਜ਼ਹਿਰੀ ਦੀ ਸ਼ਰਾਬ ਬਣਾਉਂਦੇ ਨੇ ਤੇ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਹੈਗੀ ਕਾਰਵਾਈ ਕਿਉਂ ਨਹੀਂ ਹੁੰਦੀ ਪੁਲਿਸ ਮਸਤੈਦ ਨਹੀਂ ਹੁੰਦੀ ਪੁਲਿਸ ਨੂੰ ਕੁਛ ਨਾ ਕੁਛ ਆਉਂਦਾ ਹੈਗਾ ਤਾਂ ਹੀ ਇਹ ਤਸਕਰ ਜਿਹੜਾ ਹੈਗਾ ਖਾਸ ਤੌਰ ਤੇ ਇਸ ਤਰ੍ਹਾਂ ਦੀ ਜਿਹੜੇ ਹੈਗਾ दारू ਬੀਚਦੇ ਨੇ ਜਾਂ ਬਣਾਉਂਦੇ ਨੇ ਜਿਵੇਂ ਹੁਣ ਮੈਂ ਤੁਹਾਨੂੰ ਦੱਸਦਾ ਕਿ ਜਦੋਂ 2020 ਦੇ ਵਿੱਚ ਜਿਹੜੀ ਗੰਦੀ ਸ਼ਰਾਬ ਜ਼ਹਿਰੀਲੀ ਸ਼ਰਾਬ ਤਰਨਤਾਰਨ ਗੁਰਦਾਸਪੁਰ ਦੇ ਇਲਾਕੇ ਦੇ ਵਿੱਚ ਗਈ ਉਹ ਕਿੱਥੋਂ ਗਈ ਸੀਗੀ ਇਹ ਸਾਡੇ ਪਟਿਆਲੇ ਦੇ ਇਲਾਕੇ ਦੇ ਵਿੱਚ ਗਏ ਸੀ ਜਿਹਦੇ ਵਿੱਚ ਇੱਕ ਬੜੇ ਪ੍ਰਮੁੱਖ ਵੱਡੇ ਸਿਆਸੀ ਲੀਡਰ ਦਾ ਨਾਮ ਆਉਂਦਾ ਰਿਹਾ ਕੀ ਉਹਦੇ ਖਿਲਾਫ ਕਾਰਵਾਈ ਹੋਈ ਜਦੋਂ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਹੈਗੀ ਤੇ ਕਿਸੇ ਨਾ ਕਿਸੇ ਪਰ ਸਿਆਸਤ ਦਾ ਸੰਬੰਧ ਹੈ ਨਾ ਇਹਦੇ ਵਿੱਚ ਜਿਵੇਂ ਆਪਾਂ ਪਹਿਲੀ ਗੱਲ ਕਰਕੇ ਹਟਿਆ ਆਂ ਕੋਈ ਸਿਆਸਤ ਦਾ ਸੰਬੰਧ ਤਾਂ ਕਿਤੇ ਨਾ ਕਿਤੇ ਹੁੰਦਾ ਹੀ ਆ ਨਾ ਵਿੱਚ ਦੇਖੋ ਸਿਆਸਤ ਦਾ ਸੰਬੰਧ ਹੁੰਦਾ ਹੀ ਹੈ ਤਾਂ ਹੀ ਲਗਾਤਾਰ ਤੁਹਾਨੂੰ ਪਤਾ ਹੀ ਹੈ ਕਿ ਹੁਣ ਜਿਵੇਂ ਆਪਾਂ ਚਿੱਟੇ ਦੀ ਗੱਲ ਕਰ ਲੈਨੇ ਆਂ ਚਿੱਟੇ ਦੇ ਨਾਲ ਰੋਜ਼ ਇੱਕ ਦੋ ਮੌਤਾਂ ਹੁੰਦੀਆਂ ਨੇ ਤੇ ਅਸੀਂ ਕਿਆ ਹੈ ਜਦੋਂ ਕੈਪਟਨ ਅਮਰਿੰਦਰ ਸਿੰਘ ਸੀ ਗਿਆ ਜਦੋਂ ਤੁਸੀਂ ਗੁਟਕਾ ਸਾਹਿਬ ਦੀ ਗੱਲ ਕੀਤੀ ਆ ਉਹਨੇ ਕਿਹਾ ਸੀਗਾ ਅਸੀਂ ਹਫ਼ਤਿਆਂ ਦੇ ਵਿੱਚ ਹੀ ਇਸ ਚਿੱਟੇ ਨੂੰ ਖਤਮ ਕਰ ਦਾਂ ਪਰ ਨਹੀਂ ਹੋਇਆ ਹੈਗਾ ਆਮ ਆਦਮੀ ਪਾਰਟੀ ਇਹ ਕਹਿੰਦੀ ਆ ਰਹੀ ਸੀਗੀ ਅਸੀਂ ਜੇ ਆਗੇ ਤਾਂ ਚੁਟਕੀਆਂ ਦੇ ਵਿੱਚ ਹੀ ਖਤਮ ਕਰ ਦਾਂਗੇ ਪਰ ਨਹੀਂ ਹੋਇਆ ਹੈਗਾ ਰੋ ਚਿੱਟਾ ਵਿਕ ਰਿਹਾ ਆ ਨਵੀਂ ਗੱਲ ਹੋ ਗਈ ਹੈ ਸ਼ਰਾਬ ਜਿਹੜੀ ਹੈਗੀ ਜ਼ਹਿਰੀਲੀ ਵਿਕਲਦਾ ਕੀ ਹੈ ਤੇ ਇਹਦੇ ਨਾਲ ਮੌਤਾਂ ਹੋ ਗਈਆਂ ਫਿਰ ਸਮੱਸਿਆ ਇਹ ਹੁੰਦੀ ਹੈ ਕਿ ਜਦੋਂ ਇਹ ਜੇ ਗਰੀਬ ਪਰਿਵਾਰ ਜਦੋਂ ਮਰ ਜਾਂਦੇ ਆ ਉਹਨਾਂ ਨੂੰ ਕਿਤੇ ਮੁਆਵਜ਼ਾ ਵੀ ਨਹੀਂ ਮਿਲਦਾ ਹੁੰਦਾ ਤੇ ਸਾਰਾ ਕੁਝ ਸਿਸਟਮ ਹੈ ਇਹ ਬਹੁਤ ਹੀ ਮਾੜਾ ਹੈ ਜਿਹੜਾ ਕਿ ਜਿਸ ਦੇ ਕਾਰਨ ਬਹੁਤ ਸਾਰੀਆਂ ਮੌਤਾਂ ਅਜਾਈਂ ਚੱਲੀ ਜਾਂਦੀਆਂ ਨੇ ਕਾਸਟ ਉਸੇ ਜਦ ਤੱਕ ਇਹ ਜਿਹੜੇ ਤਸਕਰ ਨੇ ਉਹਨਾਂ ਨੂੰ ਮਿਸਾਲੀ ਸਜਾਵਾਂ ਨਹੀਂ ਹੁੰਦੀ ਹੈਗੀਆਂ ਉਦੋਂ ਤੱਕ ਇਹ ਜ਼ਹਿਰੀ ਸ਼ਰਾਬ ਦਾ ਤੰਦਾ ਚਿੱਟੇ ਦਾ ਤੰਦਾ ਹੋਰ ਨਸ਼ਿਆਂ ਦਾ ਤੰਦਾ ਇਹ ਬੰਦ ਨਹੀਂ ਹੋ ਸਕਦਾ ਹੈਗਾ ਦੱਸਕੋ ਅਸੀਂ ਇਸ ਮਾਧਿਅਮ ਰਾਹੀਂ ਤੁਹਾਨੂੰ ਅਪੀਲ ਜ਼ਰੂਰ ਕਰਾਂਗੇ ਕਿ ਜਿਹੜੇ ਵੀ ਕੋਈ ਅਗਰ ਤੁਹਾਡੇ ਨੇੜੇ ਕਿਤੇ ਕੋਈ ਵਿਕਦੀ ਆ ਜਾਂ ਤੁਹਾਨੂੰ ਪਤਾ ਲੱਗਦਾ ਜਾ ਜਿਹੜੇ ਵੀ ਵੇਖ ਰਹੇ ਆਂ ਅਗਰ ਕੋਈ ਸੁਣ ਰਿਹਾ ਹੋਵੇ ਤਾਂ ਅਸੀਂ ਉਹਨੂੰ ਅਪੀਲ ਕਰਦਾ ਕਿ ਇਨ੍ਹਾਂ ਤੰਦਿਆਂ ਤੋਂ ਦੂਰ ਰਹਿਣਾ ਚਾਹੀਦਾ ਕਿਉਂਕਿ ਜ਼ਹਿਰੀਲੀ ਸ਼ਰਾਬ ਆ ਪਰਿਵਾਰ ਉਜੜਦੇ ਆ ਅਗਰ ਇੱਕ ਵਿਅਕਤੀ ਦੀ ਮੌਤ ਹੁੰਦੀ ਆ ਉਹਦਾਂ ਕਿੰਨੇ ਪਰਿਵਾਰ ਜੁੜੇ ਹੁੰਦੇ ਨੇ ਇਸ ਕਰਕੇ ਇਨ੍ਹਾਂ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਸੋ ਦਰਸ਼ਕੀਆ ਆਪਾਂ ਅਗਲੀ ਗੱਲ ਕਰ ਰਹੇ ਸੀਗੇ ਉਸ ਤੋਂ ਪਹਿਲਾਂ ਆਪਾਂ ਗੱਲ ਕਰਕੇ ਹਟੇ ਆਂ ਤੇ ਅੱਜ ਦੀ ਜਿਹੜੀ ਇੱਕ ਵੱਡੀ ਖਬਰ ਇਹ ਵੀ ਹੈ ਕਿ ਜਿਹੜੇ ਮਰਹੂਮ ਸਿੱਧੂ ਮੂਸੇਵਾਲਾ ਦਾ ਜਿਹੜਾ ਪਰਿਵਾਰ ਹੈ ਤੇ ਉਹਨਾਂ ਦੇ ਘਰ ਦੇ ਵਿੱਚ ਇੱਕ ਨਵਾਂ ਨੰਨਾ ਮਹਿਮਾਨ ਆਇਆ ਸੀ ਤਿੰਨ ਚਾਰ ਦਿਨ ਪਹਿਲਾਂ ਤੇ ਸਾਬਤ ਕਰਨ ਦੇ ਲਈ ਲੀਗਲੀ ਕੇਂਦਰ ਸਰਕਾਰ ਦਾ ਜਿਹੜਾ ਸਬੰਧਤ ਡਿਪਾਰਟਮੈਂਟ ਹੈਗਾ ਵੈਲਫੇਅਰ ਜਿਹੜਾ ਫੈਮਿਲੀ ਵੈਲਫੇਅਰ ਡਿਪਾਰਟਮੈਂਟ ਆ ਉਹਨਾਂ ਨੇ ਪੰਜਾਬ ਸਰਕਾਰ ਤੋਂ ਇਹਦੀ ਰਿਪੋਰਟ ਮੰਗੀ ਹੈ ਕਿਉਂਕਿ ਉੱਥੇ ਕੋਈ ਉਮਰ ਦਾ ਕੋਈ ਚੱਕਰ ਹੈਗਾ ਉਹਦੇ ਵਿੱਚ ਕਿ ਆਪਾਂ ਇੰਨੀ ਉਮਰ ਤੋਂ ਇੰਨੀ ਉਮਰ ਦੇ ਵਿੱਚ ਹੈ ਜਿਹੜੀ ਹੈਗੀ ਹੈ ਆਈਵੀਐਫ ਦੇ ਨਾਲ ਜਿਹੜੀ ਇਹ ਜਿਹੜੀ ਜਿਵੇਂ ਪੈਦਾ ਹੋਇਆ ਬੱਚਾ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ ਕਿ ਕਾਰਨ ਕੀ ਹੈ ਇਹ ਲੈਟਰ ਭੇਜਿਆ ਕਿਉਂ ਕੀ ਕਰਨ ਦਰਸ਼ਕਾਂ ਨੂੰ ਜਰੂਰ ਦੱਸਿਆ ਜਾਵੇ ਦੇਖੋ ਆਈਵੀਐਫ ਕੀ ਤਕਨੀਕ ਹੈ ਇਹ ਵਰਦਾਨ ਤਾਂ ਸਾਬਤ ਹੋ ਰਹੀ ਹੈ ਪਰ ਇਹਦੀ ਤਾਂ ਦੁਰਵਤ ਤੋਂ ਵੀ ਬਹੁਤ ਹੋਈ ਹੈ ਤੇ ਉਹਦੇ ਨਾਲ ਇਸ ਗੱਲ ਕਰਕੇ ਕੇਂਦਰ ਸਰਕਾਰ ਨੇ ਇੱਕ ਕਾਨੂੰਨ ਬਣਾ ਦਿੱਤਾ ਹੈ ਜਿਹਦੇ ਵਿੱਚ ਖਾਸ ਤੌਰ ਤੇ 21 ਸਾਲ ਤੋਂ ਲੈ ਕੇ 50 ਸਾਲ ਦੀ ਉਮਰ ਤੱਕ ਹੀ ਮਹਿਲਾਵਾਂ ਇਸ ਤਕਰੀਕ ਦੇ ਨਾਲ ਬੱਚਾ ਪੈਦਾ ਕਰ ਸਕਦੀਆਂ ਨੇ ਇਹ ਜਿਹੜਾ ਬਲਕੌਰ ਸਿੰਘ ਸਿੱਧੂ ਮਸੇਵਾਲ ਦੇ ਪਿਤਾ ਨੇ ਉਹਨਾਂ ਨੇ ਇਹ ਤਾਂ ਨਹੀਂ ਹੋਊਗਾ ਕਿ ਉਹਨਾਂ ਨੇ ਕਾਨੂੰਨੀ ਪਹਿਲੂਆਂ ਨੂੰ ਇਸ ਬਾਰੇ ਪਤਾ ਨਹੀਂ ਕੀਤਾ ਹੋਊਗਾ ਜਾਂ ਡਾਕਟਰਾਂ ਤੋਂ ਸਲਾਹ ਨਹੀਂ ਲਈ ਹੋਊਗੀ ਇਹੀ ਕਾਰਨ ਹੈ ਕਿ ਉਹਨਾਂ ਨੇ ਕੈਨੇਡਾ ਦੇ ਵਿੱਚ ਜਾ ਕੇ ਇਹ ਸਾਰੀ ਟੈਕਨੀਕ ਦੇ ਰਾਹੀਂ ਇਹ ਬੱਚਾ ਪੈਦਾ ਕੀਤਾ ਚੰਗੀ ਗੱਲ ਹੈ ਪਰ ਇਹਦੇ ਨਾਲ ਕਈ ਤਕਨੀਕੀ ਸਮੱਸਿਆਵਾਂ ਪੈਦਾ ਹੋ ਗਈਆਂ ਨੇ ਤਕਨੀਕੀ ਹੈ ਕਿ ਕਾਨੂੰਨੀ ਸਮੱਸਿਆਵਾਂ ਪੈਦਾ ਹੋ ਗਈਆਂ ਨੇ ਜਦੋਂ ਹੁਣ ਸਿੱਧੂ ਮੂਸੇਵਾਲੇ ਦੇ ਪਿਤਾ ਬਰਕੌਰ ਸਿੰਘ ਉਹਨਾਂ ਨੂੰ ਜਿਹੜੇ ਹੈਗੇ ਅਧਿਕਾਰੀ ਮਿਲੇ ਆ ਤਾਂ ਉਹਨਾਂ ਨੇ ਖਾਸ ਤੌਰ ਤੇ ਆਮ ਆਦਮੀ ਪਾਰਟੀ ਦੇ ਉੱਤੇ ਦੋਸ਼ ਵੀ ਲਗਾਏ ਆ ਉਹਦਾ ਕਾਰਨ ਇਹ ਵੀ ਹੈ ਕਿ ਉਹਨਾਂ ਦੇ ਮਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਖਿਲਾਫ ਗੁੱਸਾ ਵੀ ਆ ਉਹਦਾ ਕਾਰਨ ਇਹੀ ਹੈ ਕਿ ਸਿੱਧੂ ਮਸੇਵਾਲੇ ਦਾ ਜਿਹੜਾ ਕਤਲ ਹੋਇਆ ਉਸ ਦੇ ਉੱਤੇ ਜਿਹੜੀ ਸਿਕਿਉਰਿਟੀ ਹਟਾਈ ਗਈ ਉਸ ਦੇ ਲਈ ਉਹ ਜਿਹੜਾ ਹੈਗਾ ਭਗਵੰਤ ਮਾਨ ਜਾਂ ਉਹਨਾਂ ਦੀ ਸਰਕਾਰ ਨੂੰ ਦੋਸ਼ੀ ਮੰਨਦੇ ਆ ਤੇ ਇਹੀ ਕਾਰਨ ਹੈ ਕਿ ਉਹਨਾਂ ਨੇ ਇਹ ਦੋਸ਼ ਲਗਾਇਆ ਕਿ ਜਿਹੜਾ ਇਹ ਬੱਚਾ ਪੈਦਾ ਹੋਇਆ ਹੈ ਇਹ ਸਬੰਧ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਉਹਨਾਂ ਨੂੰ ਤੰਗ ਕਰ ਰਹੀ ਹੈ ਪਰ ਹੁਣ ਜਿਹੜਾ ਗੱਲ ਸਾਹਮਣੇ ਆਈ ਹੈ ਕਿ ਇਹ ਸਬੰਧ ਵਿੱਚ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਤੋਂ ਰਿਪੋਰਟ ਮੰਗੀ ਹੈ ਕਿ ਇਹ ਕਾਨੂੰਨੀ ਉਲੰਘਣਾ ਹੋਈ ਹੈ ਬਾਕੀ ਦੇਖਦੇ ਹਾਂ ਇਹ ਸਬੰਧ ਵਿੱਚ ਕੀ ਅੱਗੇ ਹੁੰਦਾ ਹੈ ਕਿਉਂਕਿ ਕਹਿ ਜਾ ਕੇ ਸਿੱਧੂ ਮੂਸੇਵਾਲੇ ਦੇ ਜਿਹੜੇ ਮਾਤਾ ਚਰਨ ਕੌਰ ਹੈ ਜਦੋਂ ਸਿੱਧੂ ਮੂਸੇਵਾਲੇ ਨੂੰ 2022 ਦੇ ਵਿੱਚ ਇਲੈਕਸ਼ਨ ਦੇ ਵਿੱਚ ਖੜਾਇਆ ਸੀਗਾ ਕਾਂਗਰਸ ਪਾਰਟੀ ਨੇ ਜੀ ਉਦੋਂ ਉਹਨਾਂ ਨੇ ਕਵਰਿੰਗ ਕੈਂਡੀਡੇਟ ਵਜੋਂ ਉਹਨਾਂ ਦੇ ਕਾਗਜ਼ ਭਰੇ ਸੀਗੇ ਜੀ ਜੀ ਚਰਨਕੌਰ ਨੇ ਤੇ ਉੱਥੇ ਉਮਰ ਉਹਨੇ ਲਿਖਾਈ ਸੀ 56 ਸਾਲ ਇਟ ਮੀਨਸ ਕਿ ਅੱਜ ਦੀ ਡੇਟ ਤੋਂ ਦੀ ਉਮਰ 58 ਸਾਲ ਹੋ ਗਈ ਹੈ ਜੀ ਜੀ ਤੇ ਜਦੋਂ ਆਪਾਂ ਹੁਣ ਗੱਲ ਕਰਕੇ ਆਟੇ ਹਾਂ ਕਿ ਉਮਰ 21 ਤੋਂ 50 ਸਾਲ ਹੈਗੀ ਹੈ ਇੰਡੀਆ ਦੇ ਵਿੱਚ ਜਿਹੜੀ ਆਈਵੀਐਫ ਟੈਕਨੀਕ ਅਪਣਾਉਣ ਦੀ ਅਗਰ ਤੁਸੀਂ ਉਸ ਤੋਂ ਵੱਧ ਅਗਰ ਤੁਹਾਨੂੰ ਜ਼ਰੂਰਤ ਹੈ ਲੋੜ ਹੈ ਤੁਸੀਂ ਜ਼ਰੂਰ ਸਮਝਦੇ ਹੋ ਤਾਂ ਤੁਹਾਨੂੰ ਕਿਤੇ ਨਾ ਕਿਤੇ ਜਿਹੜੇ ਤੁਹਾਨ ਦਾ ਸੰਬੰਧਿਤ ਹਾਈ ਕੋਰਟ ਹੈ ਤੁਹਾਨੂੰ ਉੱਥੇ ਜਾਣਾ ਪਏਗਾ ਹਾਈ ਕੋਰਟ ਦੀ ਪਰਮਿਸ਼ਨ ਲੈਣੀ ਪਏਗੀ ਜੇ ਤੁਸੀਂ ਕੋਰਟ ਦੀ ਪਰਮਿਸ਼ਨ ਨਹੀਂ ਲੈਂਦੇ ਦਰਸ਼ਕ ਜੀ ਕਿਤੇ ਨਾ ਕਿਤੇ ਉਹਦੇ ਵਿੱਚ ਸਜ਼ਾ ਹੈ ਔਰ ਸਜ਼ਾ ਵੀ ਕਿੰਨੀ ਹੈ 20 3 ਤੋਂ 8 ਸਾਲ ਤੱਕ ਤੁਹਾਨੂੰ ਸਜ਼ਾ ਹੋ ਸਕਦੀ ਹੈ ਔਰ 20 ਲੱਖ ਤੋਂ ਵੱਧ ਉਹਦਾ ਜੁਰਮਾਨਾ ਵੀ ਹੋ ਸਕਦਾ ਇਹ ਇਹਦਾ ਜਿਹੜਾ ਕਾਨੂੰਨ ਬਣਾਇਆ ਸੀਗਾ ਜਦੋਂ ਇਹਨਾਂ ਨੇ 2022 ਦੇ ਵਿੱਚ ਭਾਰਤ ਸਰਕਾਰ ਨੇ ਇਹਦਾ ਹੈਗਾ ਸਟੇਟ ਰਿਪੋਰਟ ਕੈਕਟਿਵ ਟੈਕਨੋਲੋਜੀ ਜਿਹੜਾ ਰੈਗੂਲੇਸ਼ਨ ਐਕਟ 2022 ਹੈ ਉਹਦੇ ਅਧੀਨ ਜਿਹੜਾ ਹੈਗਾ ਇਹ ਸਜ਼ਾ ਹੋ ਸਕਦੀ ਹੈ ਤੇ ਜੁਰਮਾਨਾ ਵੀ ਹੋ ਸਕਦਾ ਹੈ ਤੇ ਫਿਰ ਹੁਣ ਕੀ ਲੱਗਦਾ ਕਿ ਕਿਤੇ ਨਾ ਕਿਤੇ ਸਿਆਸਤੋਂ ਵੀ ਪ੍ਰੇਰਿਤ ਹੈ ਜਿਹੜਾ ਇਹ ਪੰਜਾਬ ਸਰਕਾਰ ਖਿਲਾਫ ਹੀ ਬੋਲਿਆ ਜਾ ਰਿਹਾ ਦੇਖੋ ਗੱਲ ਇਹ ਹੈ ਵੀ ਜੇ ਆਪਾਂ ਸਿਆਸਤ ਦੀ ਗੱਲ ਕਰੀਏ ਸਿਆਸਤ ਦੇ ਵਿੱਚ ਇੱਕ ਤਾਂ ਇਹ ਹੈ ਕਿ ਕੇਂਦਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਹੂੰ ਤੇ ਸਿੱਧੂ ਮੂਸੇਵਾਲੇ ਦਾ ਪਰਿਵਾਰ ਕਾਗਰਸ ਦੇ ਨਾਲ ਜੁੜਿਆ ਹੋਇਆ ਹੈ ਤੇ ਜੇ ਸਿਆਸੀ ਮੈਨੇ ਹੀ ਕੱਢਣੇ ਹੋਣ ਤੇ ਦੂਜੇ ਪਾਸੇ ਜਿਹੜੀ ਸਰਕਾਰ ਆ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਵੀ ਜਿਹੜੀ ਹਜੇ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਹੈ ਪਰ ਮੈਨੂੰ ਨਹੀਂ ਲੱਗਦਾ ਹੈਗਾ ਕਿ ਸ਼ਾਇਦ ਇਹ ਸਿਆਸਤ ਤੋਂ ਪ੍ਰੇਰਿਤ ਹੋਵੇ ਕਿਉਂਕਿ ਜਦੋਂ ਸਿੱਧੂ ਮੂਸੇਵਾਲੇ ਦੇ ਪਿਤਾ ਜਦੋਂ ਬਲਕੌਰ ਸਿੰਘ ਲਾਈਵ ਹੋਏ ਆ ਰਾਤ ਨੂੰ ਰਾਤ ਵੇਲੇ ਲਾਈਵ ਹੋਇਆ ਉਹ ਜਦੋਂ ਉਹਨਾਂ ਨੂੰ ਪਤਾ ਲੱਗਿਆ ਤੇ ਉਹਨਾਂ ਨੇ ਲਾਈਵ ਦੇ ਵਿੱਚ ਪੰਜਾਬ ਸਰਕਾਰ ਨੂੰ ਟਾਰਗੇਟ ਕੀਤਾ ਆਪਾਂ ਦੇਖਿਆ ਕਿ ਪੰਜਾਬ ਸਰਕਾਰ ਦੇ ਅਧਿਕਾਰੀ ਮੈਨੂੰ ਤੰਗ ਕਰ ਰਹੇ ਆ ਪ੍ਰਸ਼ਾਸਨ ਤੰਗ ਕਰ ਰਿਹਾ ਪਰ ਜਦੋਂ ਉਸ ਤੋਂ ਬਾਅਦ ਕੱਲ ਸਵੇਰੇ ਲੈਟਰ ਵਾਇਰਲ ਹੋ ਗਿਆ ਤਾਂ ਉਹ ਲੈਟਰ ਦਾ ਜਿਹੜਾ ਹੈਗਾ ਉਹ ਤਾਂ ਜਵਾਬ ਹੀ ਕੇਂਦਰ ਸਰਕਾਰ ਨੇ ਮੰਗਿਆ ਪੰਜਾਬ ਸਰਕਾਰ ਦਾ ਤਾਂ ਸ਼ਾਇਦ ਨਾ ਕੋਈ ਰੋਲ ਹੀ ਹੋਣਾ ਨਹੀਂ ਉਹ ਚ ਕੋਈ ਉਹਦੇ ਵਿੱਚ ਭੂਮਿਕਾ ਨਹੀਂ ਹੋਊਗੀ ਪਰ ਇਹ ਹੈ ਵੀ ਜਿਵੇਂ ਆਪਾਂ ਸਿਆਸੀ ਤੌਰ ਤੇ ਵੀ ਦੇਖੀਏ ਜਿਵੇਂ ਸਿੱਧੂ ਮੂਸੇਵਾਲ ਦਾ ਕਤਲ ਹੋਇਆ ਉਸ ਸਮੇ ਜਿਹੜਾ ਹੈਗਾ ਜਿਹੜੇ ਤਰੀਕੇ ਦੇ ਨਾਲ ਮਾਨ ਸਰਕਾਰ ਨੇ ਸਿਕਿਉਰਟੀਆਂ ਹਟਾਈਆਂ ਸੀਗੀਆਂ ਤੇ ਉਹਦੇ ਕਰਕੇ ਬੜਾ ਨੁਕਸਾਨ ਹੋਇਆ ਸੀਗਾ ਤੇ ਹੋ ਸਕਦਾ ਉਸੇ ਗੁੱਸੇ ਦੇ ਕਾਰਨ ਜਿਹੜਾ ਹੈਗਾ ਬਲਕੌਰ ਸਿੰਘ ਉਹਨਾਂ ਨੇ ਇਹ ਗੱਲ ਕਹੀ ਹੈ ਤੇ ਇਹਦੇ ਨਾਲ ਨਾਲ ਆਪਾਂ ਇੱਕ ਅਖੀਰਲੀ ਖਬਰ ਹੋਰ ਲੈ ਲਈਏ ਉਹ ਇਸ ਗੱਲ ਕਰਕੇ ਮਹੱਤਵਪੂਰਨ ਹੈ ਕਿ ਜਦੋਂ ਅਸੀਂ ਮੋਦੀ ਸਾਹਿਬ ਦੀ ਕੋਈ ਮਤਲਬ ਭਾਸ਼ਣ ਸੁਣਦੇ ਹਾਂ ਉਹ ਕਹਿੰਦੇ ਆ ਕਿ ਅਸੀਂ ਵਿਸ਼ਵ ਗੁਰੂ ਬਣ ਜਾ ਰਹੇ ਹਾਂ ਤੇ ਜਦੋਂ ਅਸੀਂ ਵਰਲਡ ਹੈਪੀਨੈਸ ਇੰਡੈਕਸ 2024 ਦੀ ਰਿਪੋਰਟ ਦੇਖਦੇ ਹਾਂ ਉੱਥੋਂ ਇਹ ਪਤਾ ਲੱਗਦਾ ਹੈ ਕਿ ਜਿਹੜਾ 100 ਜਿਹੜੇ 43 ਦੇਸ਼ਾਂ ਦੀ ਇਹ ਰਿਪੋਰਟ ਸਾਹਮਣੇ ਆਈ ਹੈ ਜਿਹੜਾ ਭਾਰਤ ਆ ਉਹਦੇ ਤੇ 126ਵੇਂ ਸਥਾਨ ਤੇ ਆ ਰਿਹਾ ਹੈ ਤੇ ਪਾਕਿਸਤਾਨ ਫੇਰ ਵੀ ਇੰਡੀਆ ਨਾਲ ਉੱਪਰ ਆ ਉਸ ਨੂੰ 198 108ਵਾਂ ਸਥਾਨ ਮਿਲ ਰਿਹਾ ਹੈ ਜਿਹੜੇ ਇਹਦੇ ਵਿੱਚ ਸਭ ਤੋਂ ਖੁਸ਼ਹਾਲ ਜਿਹੜਾ ਖੁਸ਼ ਰਹਿਦਾ ਦੇਸ਼ ਆ ਉਹ ਹੈਗਾ ਫਿਨਲੈਂਡ ਉਸ ਤੋਂ ਬਾਅਦ ਡੈਨਮਾਰਕ ਫਿਰ ਹੈਗਾ ਆਈਸਲੈਂਡ ਅਫਗਾਨਿਸਤਾਨ ਸਾਰ ਨੂੰ ਹੇਠਾਂ ਚਲਾ ਗਿਆ ਤੇ ਇਹ ਜਿਹੜੀ ਰਿਪੋਰਟ ਹੈ 212 ਦੇ ਵਿੱਚ ਸ਼ੁਰੂ ਹੋਈ ਸੀਗੀ ਵਰਲਡ ਹੈਪੀਨੈਸ ਜਿਹੜੀ ਪਹਿਲੀ ਰਿਪੋਰਟ ਉਦੋਂ ਆਈ ਸੀਗੀ ਇਹਦੇ ਵਿੱਚ ਜੀਡੀਪੀ ਸਮਾਜਿਕ ਸਹਿਯੋਗ ਉਦਾਰਤਾ ਤੇ ਭ੍ਰਿਸ਼ਟਾਚਾਰ ਸਮਾਜਿਕ ਆਜ਼ਾਦੀ ਤੇ ਸਿਹਤਮੰਦ ਜੀਵਨ ਨੂੰ ਜਿਹੜਾ ਹੈਗਾ ਇਹ ਫੈਕਟਰ ਦੇਖੇ ਜਾਂਦੇ ਆ ਤੇ ਹੁਣ ਜਿਸ ਤਰੀਕੇ ਨਾਲ ਮੋਦੀ ਸਰਕਾਰ ਲਗਾਤਾਰ ਇਹ ਕਹਿ ਰਹੀ ਹੈ ਕਿ ਅਸੀਂ ਲੋਕਾਂ ਨੂੰ ਆ ਦੇ ਰਹੇ ਹਾਂ ਉਹ ਦੇ ਰਹੇ ਹਾਂ ਇਸ ਦੇ ਬਾਅਦ ਵੀ ਲੋਕ ਦੁਖੀ ਨੇ ਖੁਸ਼ ਨਹੀਂ ਹੈਗੇ ਤਾਂ ਇਸ ਦੇ ਉੱਤੇ ਇੱਕ ਵੱਡਾ ਪ੍ਰਸ਼ਨ ਸਤਿ ਪਰ ਕਿਹਾ ਤਾਂ ਜਾ ਰਿਹਾ ਹੈ ਕਿ ਇਸ ਵਾਰ 400 ਪਰ ਉਹ ਗੱਲ ਸਿਆਸਤ ਦੀ ਹੈ ਪਰ ਜਦੋਂ ਹਕੀਕਤ ਹੈ ਇਹ ਹੈ ਇਸ ਸੰਬੰਧ ਵਿੱਚ ਇੱਕ ਅਖਬਾਰ ਨੇ ਅੱਜ ਕਾਰਟੂਨ ਵੀ ਛਾਪਿਆ ਉਹਦੇ ਵਿੱਚ ਇਹ ਗੱਲ ਕਹੀ ਹੈ ਵੀ ਧਾਰਾ 370 ਹਟਾ ਦਿੱਤੀ ਗਈ ਹੈ ਰਾਮ ਮੰਦਿਰ ਬਣਾ ਦਿੱਤਾ ਗਿਆ ਹੈ ਤੇ ਹੋਰ ਜਿਹੜੇ ਹੈਗਾ ਸੀਏ ਲਾਗੂ ਕਰ ਦਿੱਤਾ ਗਿਆ ਤੇ ਗਰੀਬਾਂ ਨੂੰ ਅਨਾਜ ਦਿੱਤਾ ਜਾ ਰਿਹਾ ਹੈ ਕਿਸਾਨਾਂ ਨੂੰ ਪੈਸੇ ਦਿੱਤੇ ਜਾ ਰਹੇ ਨੇ ਫਿਰ ਵੀ ਤੁਸੀਂ ਖੁਸ਼ ਨਹੀਂ ਹੋ ਰਿਹਾ ਇਹ ਗੱਲ ਲੀਡਰ ਪੁੱਛ ਰਿਹਾ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਮੋਦੀ ਸਰਕਾਰ ਦੇਤੇ ਇਹਦੇ ਨਾਲ ਦਰਸ਼ਕੋ ਆਪਾਂ ਸਾਨੂੰ ਜਾਣ ਦੀ ਆਗਿਆ ਦਿਓ ਕੱਲ ਫਿਰ ਤੁਹਾਡੇ ਰੂਬਰੂ ਹੋਵਾਂਗੇ ਨਵੀਆਂ ਖਬਰਾਂ ਲੈ ਕੇ ਨਵੀਆਂ ਜਿਹੜੀਆਂ ਆਪਣੇ ਪ੍ਰਮੁੱਖ ਖਬਰਾਂ ਨੇ ਉਹਨਾਂ ਉੱਤੇ ਗੱਲਬਾਤ ਕਰਾਂਗੇ ਟਿੱਪਣੀ ਕਰਾਂਗੇ ਉਹਨਾਂ ਦਾ ਵਿਸ਼ਲੇਸ਼ਣ ਵੀ ਕਰਾਂਗੇ ਉਹਦੇ ਤੱਕ ਲਈ ਮੈਨੂੰ ਦਿਓ ਆਗਿਆ ਸਤਿ ਸ੍ਰੀ ਅਕਾਲ ਖਬਰ ਇਹਦੇ ਸਹ